ਸਾਸ਼ੀਕਾਲ ਜੀ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਗਾ ਸਵਾਗਤ ਅੱਜ ਕੁੜਫਿਰ ਤੋਂ ਮੈਂ ਤੁਹਾਡਾ ਦੋਸਤ ਗੁਰਦੀਪ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੁਹਾਡਾ ਆਪਣਾ ਵਿਸ਼ੇਸ਼ ਪ੍ਰੋਗਰਾਮ ਲੈ ਕੇ ਐਸੋ ਸਟੂਡੈਂਟ ਵੀਜ਼ਾ ਦੀ ਗੱਲ ਕਰਾਂਗੇ ਤੁਹਾਡੇ ਸਵਾਲਾਂ ਦੇ ਉੱਤੇ ਚਰਚਾ ਕਰਾਂਗੇ ਐਕਸਪਰਟ ਕੋਲੋਂ ਤੁਹਾਡੇ ਸਵਾਲਾਂ ਦਾ ਜਵਾਬ ਲਵਾਂਗੇ ਇਹ ਸਾਰਾ ਜਿਹੜਾ ਚੰਦ ਕੁਮੈਂਟ ਦਾ ਸਮਾਂ ਰਹੇਗਾ ਕੋਸ਼ਿਸ਼ ਰਹੇਗੀ ਵੱਤ ਤੋਂ ਵੱਤ ਜਾਣਕਾਰੀ ਤੁਹਾਨੂੰ ਦਿੱਤੀ ਜਾਵੇ ਵੱਤ ਤੋਂ ਵੱਤ ਸਵਾਲ ਤੁਹਾਡੇ ਐਕਸਪਰਟਸ ਨਾਲ ਸਾਂਝੇ ਕੀਤੇ ਜਾਣ ਮੇਰੇ ਨਾਲ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਸਿੰਘ ਜੀ ਨੇ ਪਹਿਲਾ ਸਵਾਗਤ ਕਰ ਲਈ ਗੁਰਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਥੈਂਕਸ ਕੁਲਦੀਪ ਔਰ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ਲੈਂਡਮਾਰਕ ਇਮੀਗ੍ਰੇਸ਼ਨ ਦੀ ਪੂਰੀ ਟੀਮ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਦਾ ਜਿਹੜਾ ਟੌਪਿਕ ਰਹੇਗਾ ਸਾਡਾ ਵਿਸ਼ਾ ਰਹੇਗਾ ਯੂ ਐਸ ਸਟੂਡੈਂਟ ਵੀਜ਼ਾ ਹੋਏਗਾ ਅਮਰੀਕਾ ਜਿਹੜੇ ਬੱਚੇ ਪੜ ਸਾਂਝੇ ਕੀਤੇ ਜਾਣਗੇ ਐਕਸਪਰਟ ਕੋਲ ਉਹਨਾਂ ਦੇ ਜਵਾਬ ਲੈ ਜਾਣਗੇ ਸਭ ਤੋਂ ਪਹਿਲਾਂ ਮੇਰਾ ਸਵਾਲ ਜਿਹੜਾ ਗੁਰਪ੍ਰੀਤ ਜੀ ਕਿਹੜੇ ਬੱਚੇ ਯੂਐਸ ਨੂੰ ਚੂਜ਼ ਕਰ ਰਹੇ ਅੱਜ ਜੇ ਦੇਖੀਏ ਮੈਜੋਰਟੀ ਜਿਹੜੀ ਕੈਨੇਡਾ ਵੱਲ ਨੂੰ ਭੀੜ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਬੱਚੇ ਕੈਨੇਡਾ ਅਪਲਾਈ ਕਰ ਰਹੇ ਨੇ ਆਸਟ੍ਰੇਲੀਆ ਤੋਂ ਵੱਧ ਰਿਜੈਕਸ਼ਨ ਆ ਰਹੀ ਹੈ ਨਿਊਜ਼ੀਲੈਂਡ ਤੋਂ ਥੋੜੀ ਘੱਟ ਆ ਰਹੀ ਕੈਨੇਡਾ ਵੀਜ਼ਾ ਦੇ ਰਿਹਾ ਕਿਹੜੇ ਬੱਚੇ ਯੂਐਸ ਅਪਲਾਈ ਕਰ ਰਹੇ ਕਿਉਂਕਿ ਵਿਦ ਆਇਲਸ ਵੀ ਐਕਸੈਪਟ ਕਰ ਰਿਹਾ ਵਿਦਆਊਟ ਆਇਲਸ ਵੀ ਐਕਸੈਪਟ ਕਰ ਰਿਹਾ ਤੁਸੀਂ ਕੀ ਰეკਮੈਂਡ ਕਰਦੇ ਹੋ ਕੁਲਦੀਪ ਅਕੋਰ ਕਿਉਂਕਿ ਇੰਟਰਵਿਊ ਰਸਤੇ ਵਿੱਚ ਜ਼ਰੂਰ ਆਣੀ ਹੈ ਨਾਰਮਲੀ ਜਦੋਂ ਮੇਰੇ ਜ਼ਿਹਨ 'ਚ ਕੋਈ ਵੀ ਸਵਾਲ ਪੁੱਛਦਾ ਕਿ ਵਿਦ ਹਾਈਲਟਸ ਜ਼ਰੂਰੀ ਹੈ ਜੀ ਵਿਦਆਊਟ ਆਇਲਟਸ ਸੀ ਕਾ ਜੀ ਬਟ ਮੈਂ ਕਹੂੰਗਾ ਕਿ ਵਿਦਆਊਟ ਆਇਲਟਸ ਵੀ ਬੱਚਾ ਹੈਗਾ ਅਗਰ ਉਹ ਕੌਨਫिडेंट ਹੈਗਾ ਅਗਰ ਉਹ ਵੀਜ਼ਾ ਆਫੀਸਰ ਨਾਲ 1 ਟੂ 1 ਗੱਲ ਕਰ ਸਕਦਾ ਹੈਗਾ ਤੇ ਮੇਰੇ ਹਿਸਾਬ ਨਾਲ ਆਇਲਟਸ ਮੈਟਰ ਨਹੀਂ ਕਰਦੀ ਬੱਚੇ ਦਾ ਕੌਨਫੀਡੈਂਸ ਲੈਵਲ ਮੈਟਰ ਕਰਦਾ ਹੈ ਪਰੈਜ਼ੈਂਸ ਆਫ ਮਾਈਂਡ ਮੈਟਰ ਕਰਦਾ ਹੈ ਕਿ ਉਹ ਆਪਣੇ ਬਾਰੇ ਕੀ ਪੜ ਕੇ ਚੱਲਿਆ ਹੋਆ ਮਤਲਬ ਉਹਨੂੰ ਕੀ ਨੌਲੇਜ ਹੈ ਆਪਣੇ ਜਿਸ ਕੋਰਸ ਕਾਲਜ ਵਿੱਚ ਜਾ ਰਿਹਾ ਹੋਆ ਉਹਦੀ ਨੌਲੇਜ ਲੈ ਕੇ ਜਾ ਰਿਹਾ ਕਿ ਨਹੀਂ ਜਾ ਰਿਹਾ ਉਹਨੇ ਰਿਸਰਚ ਕੀਤੀ ਕਿ ਨਹੀਂ ਕੀਤੀ ਉਸਤੇ ਸਾਰਾ ਵੀਜ਼ਾ ਯੂਐਸ ਦਾ ਹੋ ਰਿਹਾ ਤੇ ਡਿਪੈਂਡ ਕਰਦਾ ਅਗਰ ਬੱਚੇ ਦੇ 8 ਬੈਂਡ ਵੀ ਹੈਗੇ ਬਟ ਹੀ ਇਸ ਨਾਟ ਕੌਨਫੀਡੈਂਟ ਕਿ ਉਹ ਇੰਟਰਵਿਊ ਨਹੀਂ ਹੈਂਡਲ ਕਰ ਸਕਦਾ ਜੋ ਮੇਰੇ ਵੱਲੋਂ ਨਾ ਅਪਲਾਈ ਕਰੇ ਉਹਦਾ ਵੀਜ਼ਾ ਨਹੀਂ ਆਣਾ ਜੀ ਸੋ ਮਤਲਬ ਕਿ ਅੰਬੈਸੀ ਨੇ ਬੱਚੇ ਨੂੰ ਦੇਖਣਾ ਹੈ ਬੱਚਾ ਕਿੰਨਾ ਕੋਈ ਕੌਨਫੀਡੈਂਟ ਹੈ ਬੱਚਾ ਆਪਣੇ ਬਾਰੇ ਕਿਸ ਤਰੀਕੇ ਨਾਲ ਇੱਕ ਜਾਣਕਾਰੀ ਦੇ ਸਕਦਾ ਹੈ ਜਿਹੜਾ ਸਾਰਾ ਜਿਹੜਾ ਵੀਜ਼ੇ ਦਾ ਧਾਰਮਦਾਰ ਜਿਹੜਾ ਇੰਟਰਵਿਊ ਦੇ ਉੱਤੇ ਟਿਕਿਆ ਹੋਇਆ ਆਲਸ ਕਰਦਾ ਇੱਕ ਬੱਚਾ ਸਪੀਕਿੰਗ ਲਿਸਨਿੰਗ ਰਾਈਟਿੰਗ ਤੇ ਜਿਹੜੇ ਚਾਰ ਮੋਡਿਊਲ ਰਹਿੰਦੇ ਨੇ ਜਿਹੜੇ ਪਰ ਜਦੋਂ ਯੂਐਸ ਅਪਲਾਈ ਕੀਤਾ ਜਾ ਰਿਹਾ ਸਿਰਫ ਬੱਚਾ ਸਪੀਕਿੰਗ ਨੂੰ ਲੈ ਕੇ ਚੱਲੇ ਕਿਉਂਕਿ ਉੱਥੇ ਜਾ ਕੇ ਇੰਗਲਿਸ਼ ਦੇ ਵਿੱਚ ਬੋਲ ਕੇ ਬੱਚੇ ਨੇ ਦੱਸਣਾ ਕਿ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਕਿਸ ਤਰੀਕੇ ਨਾਲ ਕਿਹਨਾ ਵਰਡਸ ਦੇ ਨਾਲ ਐਕਸਪ੍ਰੈਸ ਕਰ ਸਕਦਾ ਸੋ ਸਿਰਫ ਸਪੀਕਿੰਗ ਦੀ ਤਿਆਰੀ ਕਰਕੇ ਚੱਲੇ ਬੱਚਾ ਕੱਲੀ ਸਪੀਕਿੰਗ ਵੀ ਕੁਲਦੀਪ ਕੰਮ ਨਹੀਂ ਆਏਗੀ ਜਦੋਂ ਇਹ ਦੇਖਿਆ ਜਾਂਦਾ ਕਿ ਕੌਨਫੀਡੈਂਸ ਲੈਵਲ ਬਹੁਤ ਜ਼ਿਆਦਾ ਮੈਟਰ ਕਰਦਾ ਰੀਸੈਂਟ ਮੇਰੇ ਨਜ਼ਰ 'ਚ ਕੇਸ ਆਇਆ ਵਾ ਜਿਸ ਤਰ੍ਹਾਂ ਮੈਂ ਐਗਜ਼ਾਮਪਲ ਦੇਣਾ ਚਾਹੂੰਗਾ ਇੱਕ ਸਟੂਡੈਂਟ ਹੈ ਮਤਲਬ 2016 ਪਾਸ ਆਊਟ ਹੈ ਸੈਵਨ ਬੈਂਡਸ ਆਲਮੋਸਟ ਉਹਨੂੰ ਗੱਲਬਾਤ ਕਰਨ ਦਾ ਸਲੀਕਾ ਹੀ ਨਹੀਂ ਆ ਰਿਹਾ ਮਤਲਬ ਕਿ ਮੈਂ ਕਿੱਦਾਂ ਇੰਟਰੈਕਟ ਕਰਨਾ ਹੈ ਕੌਨਫੀਡੈਂਸ ਲੈਵਲ ਬਿਲਡ ਨਹੀਂ ਹੋ ਰਿਹਾ ਉਹਦੇ ਸਾਹਮਣੇ ਇੱਕ ਸਟੂਡੈਂਟ ਸੀ ਨਾਲ ਨਾਲ ਜਿਹਦੇ ਕੋਲ 5-6 ਸਾਲ ਦਾ ਕੋਈ ਐਕਸਪੀਰੀਅੰਸ ਸੀਗਾ ਗ੍ਰੈਜੂਏਸ਼ਨ ਕੀਤੀ ਹੋਈ ਸੀ ਉਹ ਬੱਚਾ ਜ਼ਿਆਦਾ ਕੌਨਫੀਡੈਂਸ ਸੀਗਾ ਉਹਦੇ ਨਾਲੋਂ ਕਿਉਂ ਕਿਉਂਕਿ ਉਹ ਉਸ 5 ਸਾਲ ਦੇ ਦੌਰਾਨ ਵਿੱਚ ਬਹੁਤ ਲੋਕਾਂ ਨੂੰ ਮਿਲਿਆ ਬਹੁਤ ਉਹਦਾ ਕੌਨਫੀਡੈਂਸ ਲੈਵਲ ਅਪ ਹੋ ਗਿਆ ਔਰ ਉਹਨੂੰ ਹਰ ਗੱਲ ਦਾ ਜਵਾਬ ਦੇਣ ਦਾ ਇੱਕ ਤਰੀਕਾ ਸੀਗਾ ਜੀ ਦੂਸਰਾ ਸਟੂਡੈਂਟ ਇੱਕ ਫਰੈਸ਼ਰ ਸਟੂਡੈਂਟ ਜੇ ਤੁਸੀਂ ਕਹਿ ਸਕਦੇ ਕਿ ਜਿਹਨੂੰ ਕੈਨੇਡਾ ਨੂੰ ਸੂਰਨ ਚਾਹੀਦਾ ਹੁੰਦਾ ਜਿੰਦਾ ਦਾ ਮਤਲਬ ਪੇਪਰ ਬੇਸਡ ਵੀਜ਼ਾ ਸੀਗਾ ਕੋਈ ਇੰਟਰਵਿਊ ਨਹੀਂ ਵੀਜ਼ਾ ਆ ਗਿਆ ਬੱਚਾ ਕਿਤਾਬੀ ਕੀੜਾ ਹੈ ਮਤਲਬ ਪੂਰਾ ਉਹਨੂੰ ਮਹਾਰਤ ਹਾਂਸਲਾ ਹੈ 90% ਨੰਬਰ ਆਉਦੇ ਸੋ ਮੈਂ ਚਾਹੁੰਦਾ ਕਿ ਕੌਨਫੀਡੈਂਸ ਬਹੁਤ ਜ਼ਿਆਦਾ ਮੈਟਰ ਕਰਦਾ ਹੈ ਤੁਹਾਨੂੰ ਪਤਾ ਹੋਣ ਦੇ ਬਾਵਜੂਦ ਵੀ ਤੁਸੀਂ ਐਕਸਪ੍ਰੈਸ ਨਹੀਂ ਕਰ ਸਕਦੇ ਵੀਜ਼ਾ ਆਫੀਸਰ ਦੇ ਸਾਹਮਣੇ ਤਾਂ ਤੁਹਾਨੂੰ ਕਈ ਵਾਰ ਰਿਜੈਕਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਯੂਐਸਏ ਦੇ ਵਿੱਚ ਜੀ ਸੋ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਬੱਚਾ ਇਹ ਨਹੀਂ ਕਿ ਪਰਸੈਂਟੇਜ ਵਧੀਆ ਲੈ ਲਈ ਜਾਂ ਆਇਲਸ ਸਕੋਰ ਵਧੀਆ ਲੈ ਲਿਆ ਬੱਚੇ ਦੀ ਸੋਸ਼ਲ ਲਾਈਫ ਵਧੀਆ ਹੋਣੀ ਚਾਹੀਦੀ ਹੈ ਕਮਿਊਨੀਕੇਸ਼ਨ ਕਰ ਸਕਦਾ ਹੋਵੇ ਬੱਚਾ ਖੁਦ ਐਕਸਪ੍ਰੈਸ ਕਰ ਸਕਦਾ ਹੋਵੇ ਕੰਫੀਡੈਂਟ ਲੈਵਲ ਜਿਹੜਾ ਹੋਵੇ ਸੋ ਯੂਐਸ ਦੀ ਗੱਲ ਕਰ ਰਹੇ ਹਾਂ ਉਹ ਬੱਚੇ ਜਿਹੜੇ ਅਪਲਾਈ ਕਰਨਾ ਚਾਹੁੰਦੇ ਨੇ ਸਾਡੇ ਨਾਲ ਜੁੜੇ ਰਹਿਣਗੇ ਵਿਦ ਔਰ ਵਿਦਾਊਟ ਆਇਲਸ ਜਦੋਂ ਦੋਵੇਂ ਤਰ੍ਹਾਂ ਦੀ ਆਪਸ਼ਨ ਹੈ ਤੁਸੀਂ ਕੀ ਦੇਖਦੇ ਹੋ ਇੱਕ ਬੱਚਾ ਜਦੋਂ ਪਲੱਸ 2 ਪਾਸ ਆਊਟ ਕਰਕੇ ਗਿਆ ਉਹ ਵਿਦ ਆਇਲਸ ਅਪਲਾਈ ਕਰ ਲਵੇ ਜਾਂ ਵਿਦਆਊਟ ਆਇਲਸ ਅਪਲਾਈ ਕਰੇ ਸਕਸੈਸ ਰੇਟ ਨੂੰ ਇਫੈਕਟ ਕਰਦੀਆਂ ਨਹੀਂ ਇਹ ਚੀਜ਼ਾਂ ਨੇ ਲਈ ਸਕਸੈਸ ਰੇਟ ਨੂੰ ਤਾਂ ਨਹੀਂ ਇਫੈਕਟ ਕਰਦੀਆਂ ਕੋਲਦੀ ਬਟ ਇਹ ਇਫੈਕਟ ਜ਼ਰੂਰ ਕਰਦੀਆਂ ਕਿ ਆਪਾਂ ਨੂੰ ਕਈ ਵਾਰੀ ਗਵਰਨਮੈਂਟ ਯੂਨੀਵਰਸਿਟੀਆਂ ਮਿਲ ਜਾਂਦੀਆਂ ਨੇ ਆਪਾਂ ਨੂੰ ਅੱਗੇ ਸਕਾਲਰਸ਼ਿਪਸ ਨੂੰ ਹੋ ਜਾਂਦਾ ਕਿ ਸਾਨੂੰ ਸਕਾਲਰਸ਼ਿਪ ਮਿਲ ਰਹੀ ਹੈ ਜੇ ਜੇ ਆਇਲਸ ਕਰਦੇ ਆ ਯਾ ਜੇ ਮੈਂ ਆਇਲਸ ਕੀਤੀ ਹੋਈ ਹੈ ਨਾਲ ਮੈਂ ਸੈਟ ਦਾ ਐਗਜ਼ਾਮ ਵੀ ਕਲੀਅਰ ਕੀਤਾ ਜਾਂ ਮੈਂ ਟੋਫਲ ਕੀਤਾ ਤੇ ਮੈਨੂੰ ਕਾਫੀ ਐਡਵਾਂਟੇਜ ਹੋਏ ਹੋ ਸਕਦੇ ਕਿ ਔਰ ਨਾਲਨ ਮੈਨੂੰ ਸਕਾਲਰਸ਼ਿਪ ਮਿਲ ਜਾਏ ਸੋ ਇਹ ਮੈਟਰ ਤੇ ਲਾਉਡ ਕਰਦਾ ਬਾਕੀ ਵੀਜ਼ਾ ਨਾਲ ਨਾਲ ਉਹ ਤਾਂ ਇੱਕ ਜਸਟ 2 ਮਿੰਟ ਦੇ ਜਿਹੜੀ ਇੰਟਰਵਿਊ ਉਹਦੇ ਉੱਤੇ ਹੀ ਡਿਪੈਂਡ ਕਰਦਾ ਪਿਆ ਮਤਲਬ অপਸ਼ਨ ਵਾਦੀਆਂ ਨੇ ਜੇ ਬੱਚੇ ਨੇ ਅਪਲਾਈਸ ਕੀਤੀ ਉਹਦੇ ਕੋਲ ਕੋਰਸ ਜ਼ਿਆਦਾ ਹੋਣਗੇ ਉਹਦੇ ਕੋਲ ਆਪਸ਼ਨਸ ਜ਼ਿਆਦਾ ਹੋਣਗੇ ਯੂਐਸ ਅਪਲਾਈ ਕਰਨਾ ਜਿਹੜੇ ਬੱਚਿਆਂ ਨੇ ਨੈਕਸਟ ਇਨਟੇਕ ਕਿਡਾਰੇਗਾ ਉਹਨਾਂ ਦੇ ਦੇਖੋ ਨੈਕਸਟ ਇਨਟੇਕ ਨਾਰਮਲੀ ਜਿਹੜੀ ਗੱਲ ਕਰਾਂ ਕੁਲਦੀਤੇ ਰੋਲ ਔਨ ਇਨਟੇਕ ਰਹਿੰਦੇ ਨੇ ਹੁਣ ਜੂਨ ਜੁਲਾਈ ਦੇ ਵਿੱਚ ਬਹੁਤ ਤਰ੍ਹਾਂ ਚ ਦਿੱਖਿਆ ਜਾ ਰਿਹਾ ਹੈ ਜੀ ਕਈ ਜਗ੍ਹਾ ਤੇ ਮੇ ਵੀ ਹੈਗਾ ਸੋ ਮੈਂ ਚਾਹਣਾ ਕਿ ਜੇ ਸਟੂਡੈਂਟ ਕੋਈ ਜਾਣਾ ਚਾਹੁੰਦਾ ਹੈ ਕਿ ਤਿੰਨ ਮਹੀਨੇ ਦਾ ਪ੍ਰੋਸੈਸ ਨਾਰਮਲ ਲੱਗਦਾ ਹੈ ਜੀ ਔਰ ਅੱਜ ਹੀ ਡੇਡ ਦੇ ਵਿੱਚ ਅਗਰ ਉਹ ਅਪਲਾਈ ਕਰਦਾ ਕਿ ਅਸੀਂ ਅੱਜ ਮਾਰਚ ਵਿੱਚ ਪਹੁੰਚ ਚੁੱਕੇ ਹਾਂ ਸੋ ਮਾਰਚ ਅਪ੍ਰੈਲ ਮਈ ਜੂਨ ਜਿਹੜਾ ਜੁਲਾਈ ਦਾ ਇਨਟੇਕ ਹੈ ਪਰਫੈਕਟਲੀ ਹੈ ਸੋ ਜੁਲਾਈ ਦੇ ਇਨਟੇਕ ਚਾਹਲੇ ਸਟੂਡੈਂਟ ਨੂੰ ਐਸ ਸੂਨ ਐਸ ਪੋਸੀਬਲ ਅਪਲਾਈ ਕਰ ਪਟ ਪਹਿਲਾ ਅਸੈਸਮੈਂਟ ਕਰਾ ਲੈਣਾ ਚਾਹੀਦੀ ਹੈ ਦੈਨ ਅਪਲਾਈ ਕਰ ਦੇਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਕਾਫੀ ਚੀਜ਼ਾਂ ਆਉਂਦੀਆਂ ਫੰਡਸ ਆਉਂਦੀਆਂ ਬਹੁਤ ਪੇਰੈਂਟਸ ਨੂੰ ਬਹੁਤ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਕਿ ਅਸੀਂ ਕਿੱਦਾਂ ਅਰੇਂਜ ਕਰਨਾ ਸਾਰਾ ਥੋੜਾ ਜਿਹਾ ਜੇ ਆਪਾਂ ਸਟੈਪਸ ਨੂੰ ਡਿਟੇਲ ਵਿੱਚ ਦੇਖੀਏ ਕੀ ਸਟੈਪਸ ਰਹਿਣਗੇ ਜਦੋਂ ਇੱਕ ਬੱਚਾ ਪ੍ਰੋਸੈਸਿੰਗ ਦੇ ਵਿੱਚ ਆ ਜਾਂਦਾ ਇਨੀਸ਼ੀਅਲ ਸਟੇਜ 'ਚ ਕੁਲਦੀਪ ਜਦੋਂ ਵੀ ਸਟੂਡੈਂਟ ਆਉਂਦਾ ਹੈ ਆਂਦੇ ਸਾਰੇ ਉਹਦੀ ਫਸਟ ਆਫ ਆਲ ਦਾ ਅਸੈਸਮੈਂਟ ਡਿਪੈਂਡ ਕਰਦੀ ਉਹਦੇ ਅਕੈਡਮਿਕਸ ਦੇ ਉੱਤੇ ਉਹਦੇ ਆਇਲਟਸ ਦੇ ਉੱਤੇ ਉਹਦਾ ਗੈਪ ਕਿਹੜੀ ਯੂਨੀਵਰਸਿਟੀ ਦੇ ਵਿੱਚ ਤੁਹਾਡੀ ਐਕਸੈਪਟੈਂਸ ਹੋ ਸਕਦੀ ਹੈ ਉਸ ਐਕਸੈਪਟੈਂਸ ਤੋਂ ਬਾਅਦ ਸਟੂਡੈਂਟ ਨਾਲ ਡਿਟੇਲਸ ਗੱਲ ਕੀਤੀ ਜਾਂਦੀ ਹੈ ਕਿ ਇਸ ਕਾਲਜ ਜੀ ਯੂਨੀਵਰਸਿਟੀ ਦੀ ਪਾਰਟिकुलर ਕੋਰਸ ਆਵਾ ਔਰ ਇਹਦੇ ਵਿੱਚ ਐਨੀ ਫੀਸ ਲੱਗੇਗੀ ਤੁਹਾਡੀ ਐਨੇ ਫੰਡਸ ਦੀ ਰਿਕੁਆਇਰਮੈਂਟ ਹੈ ਟੋਟੈਲਿਟੀ ਜੀ ਤੁਹਾਡੇ ਫੰਡ ਤੁਹਾਨੂੰ 15 ਲੱਖ 20 ਲੱਖ ਜਾਂ 25 ਲੱਖ ਚਾਹੀਦੇ ਨੇ ਇਹ ਫੰਡਸ ਦੇ ਨਾਲ ਅਸੀਂ I-20 ਨੂੰ ਪ੍ਰੋਸੈਸ ਕਰਦੇ ਹਾਂ I-20 ਮੀਨਸ ਇੱਕ ਅਪਰੂਵਲ ਹੈ ਜਿਹੜੀ ਕਿ ਯੂਐਸ ਡਿਪਾਰਟਮੈਂਟ ਆਫ ਜਸਟਿਸ ਦੀ ਕੋਲਾਬੋਰੇਸ਼ਨ ਦੇ ਨਾਲ ਕਾਲਜ ਔਰ ਯੂਨੀਵਰਸਿਟੀ ਦਿੰਦਾ ਹੈ ਉਸ ਜੂਨੀਅਰ I20 ਦੇ ਨਾਲ ਅਸੀਂ ਅੱਗੇ ਪ੍ਰੋਸੈਸ ਕਰਦੇ ਹਾਂ ਕਿ ਜਦੋਂ ਅਸੀਂ ਫੰਡਸ ਦੇ ਡਾਕੂਮੈਂਟ ਬੱਚੇ ਦੇ ਭੇਜ ਦਿੰਦੇ ਹਾਂ ਔਰ I20 ਦੀ ਪਾਰਟਿਕੂਲਰ ਫੀਸ ਯੂਨੀਵਰਸਿਟੀ ਕਾਲਜ ਨੂੰ ਭੇਜ ਦਿੱਤੀ ਜਾਂਦੀ ਹੈ ਇਹਦੇ ਵਿੱਚ ਭੇਜਣ ਤੋਂ ਬਾਅਦ ਸਟੂਡੈਂਟ ਨੂੰ ਉਧਰੋਂ I20 ਆਂਦੀ ਹੈ ਹਾਰਡ ਕਾਪੀ ਆ ਜਾਂਦੀ ਹੈ ਜਿਹਦੇ ਵਿੱਚ ਇੱਕ ਐਨ ਕੋਡ ਦਿੱਤਾ ਹੁੰਦਾ ਐਨ ਕੋਡ ਮੀਨਸ ਸਰਵਿਸ ਕੋਡ ਉਸ ਐਨ ਕੋਡ ਦੇ ਥਰੂ ਸਟੂਡੈਂਟ ਆਨਲਾਈਨ ਯੂਐਸ ਗਵਰਨਮੈਂਟ ਦੀ ਵੈਬਸਾਈਟ ਤੇ ਜਾ ਕੇ ਆਪਣੀ ਸਰਵਿਸ ਫੀਸ ਭਰਦਾ ਹੈ ਸਰਵਿਸ ਫੀਸ ਮੀਨਸ ਸਟੂਡੈਂਟ ਐਕਸਚੇਂਜ ਵਿਜ਼ਿਟਰ ਪ੍ਰੋਗਰਾਮ ਫੀਸ ਹੁੰਦੀ ਹੈ ਜਿਹੜੀ ਸਟੂਡੈਂਟ 200 ਡਾਲਰ ਭਰ ਦਿੰਦਾ ਹੈ ਉਹ ਫੀਸ ਭਰਨ ਤੋਂ ਬਾਅਦ ਸਟੂਡੈਂਟ ਆਪਣੀ ਅੰਬੈਸੀ ਫੀਸ ਨੂੰ ਫਿਲ ਕਰਦਾ ਹੈ 160 ਡਾਲਰ ਉਹ ਅੰਬੈਸੀ ਫੀਸ ਜਿਸ ਤਰੀਕੇ ਬਚਾ ਦੇ ਦਿੰਦਾ ਹੈ ਉਹਦੀ ஆன்ਲਾਈਨ ਅਪਾਇੰਟਮੈਂਟ ਸ਼ੋ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਕਿਹੜੇ ਡੇਟਸ ਤੁਸੀਂ ਬਾਇਓਮੈਟ੍ਰਿਕਸ ਲੈ ਸਕਦੇ ਹੋ ਕਿਹੜੇ ਡੇਟ ਨੂੰ ਤੁਸੀਂ ਆਪਣੀ ਇੰਟਰਵਿਊ ਦੇ ਸਕਦੇ ਹੋ ਸਟੂਡੈਂਟ ਆਪਣੀ ਮਰਜ਼ੀ ਨਾਲ ਚੂਜ਼ ਕਰਦਾ ਹੈ ਲੋਕੇਸ਼ਨ ਚੂਜ਼ ਕਰਦਾ ਹੈ ਦਿੱਲੀ ਦੇਣਾ ਚਾਹੁੰਦਾ ਹੈ ਮੁੰਬਈ ਦੇਣਾ ਚਾਹੁੰਦਾ ਹੈ ਇੱਥੇ ਜਾਣਾ ਚਾਹੁੰਦਾ ਬੱਚਾ ਚੇਨਈ ਜਾਣਾ ਚਾਹੁੰਦਾ ਹੈ ਸੋ ਇਹ ਸਾਰੇ ਕਰਕੇ ਇਹ ਜਿਹੜਾ ਲੰਬਾ ਸਮਾਂ ਆਪਾਂ ਗਿਣਿਆ ਜੀ ਮੇਰੇ ਖਿਆਲ ਬੋਲਣ ਚ ਤਾਂ 2 ਮਿੰਟ ਚ ਨਿਕਲ ਗਿਆ ਪਰ ਇਹਨੂੰ ਲੱਗਦੇ 2 ਜਾਂ 2.5 ਮਹੀਨੇ ਕਈ ਵਾਰ 3 ਮਹੀਨੇ ਤੱਕ ਵੀ ਪਹੁੰਚ ਜਾਂਦੀ ਗੱਲ ਕਿਉਂਕਿ ਚੰਗੀ ਯੂਨੀਵਰਸਿਟੀ ਦੀ I20 ਲੈਣਾ ਮਤਲਬ 1.5 ਮਹੀਨਾ ਲੱਗ ਜਾਂਦਾ ਸੋ ਜਿਹੜਾ ਇਹ ਸਮਾਂ ਸਟੂਡੈਂਟ ਮੈਂ ਮੈਂ ਸਮਝਦਾ ਹੈ ਦੋ ਜਾਂ ਤਿੰਨ ਮਹੀਨੇ ਜਿਹੜਾ ਸਮਾਂ ਆਣਾ ਇਹ ਸਟੂਡੈਂਟ ਦੀ ਪ੍ਰੈਪਰੇਸ਼ਨ ਵਾਸਤੇ ਹੈ ਇੰਟਰਵਿਊ ਦੀ ਤਿਆਰੀ ਵਾਸਤੇ ਹੈ ਜੇ ਸਟੂਡੈਂਟ ਆਪਣਾ ਇਹ ਦੋ ਜਾਂ ਤਿੰਨ ਮਹੀਨੇ ਪ੍ਰੋਪਰ ਤਰੀਕੇ ਨਾਲ ਲਾ ਲੈਂਦਾ ਤੇ ਮੈਨੂੰ ਲੱਗਦਾ ਹੈ ਕਿ ਹਰ ਬੱਚਾ ਯੂਐਸਏ ਇੰਟਰਵਿਊ इजीली ਕਲੀਅਰ ਕਰ ਸਕਦਾ ਕੋਈ ਐਸੀ ਗੱਲ ਨਹੀਂ ਹੈ ਕੋਈ ਹਊਆ ਨਹੀਂ ਹੈ ਇਟਸ ਵੈਰੀ ਈਜ਼ੀ ਪ੍ਰੋਸੈਸ ਤੁਸੀਂ ਦੱਸਿਆ ਪ੍ਰੋਸੈਸ ਨੂੰ ਹੁਣ ਡਿਟੇਲ ਤੋਂ ਦੇਖੀਏ ਇੱਕ ਬੱਚਾ ਜਦੋਂ ਅਪਲਾਈ ਕਰ ਰਿਹਾ ਪਰਸੈਂਟੇਜ ਕਿੰਨੀ ਹੋਣੀ ਚਾਹੀਦੀ ਕੀ ਮਾਪਦੰਡ ਰੱਖੇਗੇ ਨੇ ਜੇ ਬੱਚੇ ਨੇ ਆਇਲਸ ਕੀਤੀ ਆਇਲਸ ਦਾ ਸਕੋਰ ਕੀ ਹੋਣਾ ਚਾਹੀਦਾ ਬੱਚੇ ਦਾ ਨਾਰਮਲੀ ਅਗਰ ਦੇਖਿਆ ਜਾਵੇ ਤੇ 50% ਅਕੈਡੈਮਿਕਸ ਹੋਣੇ ਚਾਹੀਦੇ ਆਕੈਡੈਮਿਕਸ 50% ਦੇ ਨਾਲ ਨਾਲ ਆਇਲਟਸ ਦੀ ਰਿਕੁਆਇਰਮੈਂਟ ਹਰ ਕਾਲਜ ਯੂਨੀਵਰਸਿਟੀ ਚ ਵੈਰੀ ਕਰ ਜਾਂਦੀ ਹੈ ਸਪੋਜ਼ ਕਈ ਕਾਲਜਸ ਐਦਾਂ ਦੇ ਹੈਗੇ ਨੇ ਜਿਨ੍ਹਾਂ ਚ ਵਿਦਆਊਟ ਆਇਲਟਸ ਐਕਸੈਪਟੈਂਸ ਹੈ ਕਈ ਕਮਿਊਨਿਟੀ ਕਾਲਜ ਇਸ ਤਰ੍ਹਾਂ ਦੇ ਹੈਗੇ ਨੇ ਜਿਨ੍ਹਾਂ ਚ 5.5 ਨਾਟ ਲੈਸਨ 5 ਐਕਸੈਪਟੇਬਲ ਹੈ ਕਈ ਯੂਨੀਵਰਸਿਟੀ ਐਦਾਂ ਦੀ ਹੈਗੇ ਨੇ ਜਿਨ੍ਹਾਂ ਚ 6 ਨਾਟ ਲੈਸਨ 5 ਜਾਂ 6.5 ਨਾਟ ਲੈਸਨ 5.5 ਚੱਲ ਜਾਂਦੇ ਆ ਔਰ ਮੋਰ ਓਵਰ ਕਈ ਬੱਚੇ ਜਿਹੜੇ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਜਾਂਦੇ ਆ ਕਈਆਂ ਨੂੰ ਵਿਦਆਊਟ ਜੀਆਰ ਜੀ ਮੈਟ ਐਡਮਿਸ਼ਨ ਮਿਲ ਜਾਂਦੀ ਹੈ ਬਟ ਕਈਆਂ ਨੂੰ ਜੀਆਰ ਦਾ ਅੜਚਨ ਆਂਦੀ ਕਿ ਜੀਆਰ ਕਰਨੀ ਜ਼ਰੂਰੀ ਹੈ ਫਾਰ ਇੰਜੀਨੀਅਰਿੰਗ ਪਰਪਸ ਅਗਰ ਕੋਈ ਇੰਜੀਨੀਅਰਿੰਗ ਕਰਨ ਜਾਣਾ ਚਾਹੁੰਦਾ ਐਮਐਸ ਬਟ ਕਈਆਂ ਨੂੰ ਜੀਮੈਟ ਕਰਨ ਦਾ ਆ ਜਾਂਦਾ ਵਿੱਚ ਕਿਉਂਕਿ ਉਹਨਾਂ ਨੇ ਮੈਨੇਜਮੈਂਟ ਪੜ੍ਹਨ ਜਾਣਾ ਸੋ ਇਹ ਸਾਰੀਆਂ ਚੀਜ਼ਾਂ ਵੈਰੀ ਕਰਨੀਆਂ 1 ਟੂ 1 ਜਦੋਂ ਬੱਚੇ ਦੀ ਕਾਉਂਸਲਿੰਗ ਹੋਏਗੀ ਉਹਦੇ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ ਕਿ ਸਟੂਡੈਂਟ ਕਿਹੜੀ ਜਗ੍ਹਾ ਤੇ ਫਾਲ ਕਰ ਰਿਹਾ ਉਹਨੂੰ ਕਿਹੜੀ ਕਾਲਜ ਯੂਨੀਵਰਸਿਟੀ ਮਿਲ ਰਹੀ ਹੈ ਔਰ ਉਹਦੀ ਰਿਕੁਆਇਰਮੈਂਟ ਕੀ ਹੈ ਜੀ ਅਕੈਡਮਿਕ ਤੋਂ ਬਾਅਦ ਫਾਈਨੈਂਸ਼ੀਅਲੀ ਆਉਂਦੀ ਹੈ ਜਿਹੜੇ ਫੰਡਸ ਬੱਚੇ ਨੇ ਸ਼ੋ ਕਰਨੇ ਨੇ ਜਿਹੜੇ ਵੀ ਅਮਾਉਂਟ ਸ਼ੋ ਕਰਨੀ ਕਿੰਨ ਅਮਾਉਂਟ ਤੁਸੀਂ ਦੱਸਿਆ ਵੈਰੀ ਕਰਦੀ ਕਾਲਜ ਵਾਈਜ਼ ਜਾਂ ਕੋਰਸ ਵਾਈਜ਼ ਕਿਸ ਰੂਪ ਦੇ ਵਿੱਚ ਜਿਹੜੇ ਫੰਡਸ ਬੱਚਾ ਸ਼ੋ ਕਰ ਸਕਦਾ ਹੈ थर्ड पार्टी ਫੰਡਸ ਐਕਸੈਪਟ ਕੀਤੇ ਜਾਣਗੇ ਜਾਂ ਬੱਚੇ ਦੇ ਫੈਮਿਲੀ ਦੇ ਵਿੱਚੋਂ ਹੀ ਜਿਹੜੇ ਫੰਡਸ ਲਏ ਜਾਣਗੇ ਕੁਲਦੀਪ ਬਿਲਕੁਲ ਇਹ ਫੰਡਸ ਨੂੰ ਲੈ ਕੇ ਮੇਰੇ ਜ਼ਿਹਨ 'ਚ ਵੀ ਸਵਾਲ ਸੀਗਾ ਕਿ ਸਟੂਡੈਂਟ ਨੂੰ ਜ਼ਰੂਰ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਮਾਰਕੀਟ ਦੇ ਵਿੱਚ ਮੈਂ ਦੇਖਿਆ ਕਿ ਇਸ ਫੰਡਸ ਨੂੰ ਲੈ ਕੇ ਬੜਾ ਮਤਲਬ ਝੋਲ ਹੈ ਮਤਲਬ ਦੇਖਿਆ ਜਾਵੇ ਤਾਂ ਸਟੂਡੈਂਟ ਬਹੁਤ ਖਰਾਬ ਹੁੰਦਾ ਮੈਂ ਦੱਸਣਾ ਚਾਹਾਂਗਾ ਕਿ ਸਟੂਡੈਂਟ ਦੇ थर्ड पार्टी ਫੰਡ ਚੱਲ ਜਾਂਦੇ ਆ ਕੋਈ ਪ੍ਰੋਬਲਮ ਨਹੀਂ ਹੈ ਸਟੂਡੈਂਟ ਦੇ ਕੋਈ ਰਿਲੇਟਿਵ ਦਿਖਾਉਣਾ ਚਾਹੁੰਦਾ ਹੈ ਹੈਲਪ ਕਰਨਾ ਚਾਹੁੰਦਾ ਈਵਨ ਕੀ ਰਿਲੇਟਿਵ ਨਾ ਵੀ ਹੋਵੇ ਤੇ ਬੱਚੇ ਦੇ ਜਿਵੇਂ ਫਾਦਰ ਤੇ ਫਰੈਂਡ ਸਰਕਲ ਹੈ ਕੋਈ ਉਹ ਵੀ ਦਿਖਾਣਾ ਚਾਹੁੰਦਾ ਉਹ ਵੀ ਦਿਖਾ ਸਕਦਾ ਇੱਕ ਦਿਨ ਪੁਰਾਣੇ ਫੰਡ ਕੋਲ ਦੀ ਚੱਲ ਜਾਣਗੇ ਕੋਈ ਇਸ਼ੂ ਨਹੀਂ ਹੈ ਗਾਇਰੇ ਚ ਫੰਡਸ ਨੂੰ ਲੈ ਕੇ ਕੋਈ ਦਿੱਕਤ ਨਹੀਂ ਹੈਗੀ ਇਦਾਂ ਦੀ ਔਰ ਇਹਦੇ ਵਿੱਚ ਲਿਕਵਿਡ ਅਮਾਊਂਟ ਚਲਣੀ ਹੈ ਜਿਵੇਂ ਕਿ ਸੇਵਿੰਗ ਅਕਾਊਂਟ ਚ ਪਿਆ ਹੋਵੇ ਕਈ ਕਾਲਜ ਯੂਨੀਵਰਸਿਟੀਆਂ ਐਫ ਡੀਸ ਵੀ ਐਕਸੈਪਟ ਕਰ ਲੈਂਦੀਆਂ ਨੇ ਕਈ ਯੂਨੀਵਰਸਿਟੀਆਂ ਜੀ ਪੀ ਐਫ ਵੀ ਐਕਸੈਪਟ ਕਰ ਲੈਂਦੀਆਂ ਪਰ ਬਹੁਤ ਘੱਟ ਰੇਅਰ ਹੈ ਬਟ ਜ਼ਿਆਦਾਤਰ ਕੋਸ਼ਿਸ਼ ਕਰੇ ਸਟੂਡੈਂਟ ਕਿ ਸੇਵਿੰਗ ਅਕਾਊਂਟ ਦਿਖਾਉਣ ਦੀ ਕੋਸ਼ਿਸ਼ ਕਰੇ ਕਿ ਸੇਵਿੰਗ ਅਕਾਊਂਟ ਵਿੱਚ ਪੈਸੇ ਪਏ ਹੋਏ ਜੀ ਜਿਹੜੇ ਥਰਡ ਪਾਰਟੀ ਐਕਸੈਪਟ ਕਰਦੇ ਨੇ ਅੰਬੈਸੀ ਜਾਂ ਹਾਈ ਕਮਿਸ਼ਨ ਲੈ ਲਨ ਦੀ ਜਿਹੜਾ ਥਰਡ ਪਾਰਟੀ ਜਦੋਂ ਸਪான்ਸਰ ਕਰਦੇ ਨੇ ਕਿੰਨੇ ਪਰਸੈਂਟ ਅਮਾਉਂਟ ਥਰਡ ਪਾਰਟੀ ਤੋਂ ਲਈ ਜਾ ਸਕਦੀ ਕੁਲਦੀਪ 100% ਥਰਡ ਪਾਰਟੀ ਕਰ ਸਕਦੀ ਹੈ ਮੈਨੂੰ ਯਾਦ ਅੱਜ ਵੀ ਮੇਰੇ ਐਨਐਕ ਸਟੂਡੈਂਟ ਇਸ ਟਾਈਮ ਵੀ ਯੂਐਸ ਬੈਠੇ ਹੋਏ ਨੇ ਜਿਨ੍ਹਾਂ ਦੀ ਸਾਰੀ ਦੀ ਸਾਰੀ ਅਮਾਉਂਟ ਥਰਡ ਪਾਰਟੀ ਸਪான்ਸਰ ਸੀ ਔਰ ਕਈ ਬੱਚਿਆਂ ਦੀ ਤੇ ਜਿਵੇਂ ਕਿ ਬਾਹਰੋਂ ਸ ਯਾਰ ਯੂਐਸ ਛੌੜੀ ਕੋ ਰਹਿ ਰਹਾ ਉਦੋਂ ਸਪான்ਸਰ ਸੀ ਤਾਂ ਵੀ ਬੱਚੇ ਯੂਐਸ ਬੈਠੇ ਹੋਏ ਨੇ ਫੰਡਸ ਵੀ ਉਦੋਂ ਜਿਹੜੇ ਸਪான்ਸਰ ਕਰਵਾਏ ਗਏ ਸੀ 100% ਫੰਡ ਪਾਰ ਉਸ ਇੱਕ ਹੋਰ ਚੀਜ਼ ਇੱਕ ਦਿਨ ਪੁਰਾਣੇ ਫੰਡ ਜਿਹੜੇ ਬੱਚਾ ਸ਼ੋ ਕਰ ਸਕਦਾ ਆਪਣੇ ਸੇਵਿੰਗ ਅਕਾਊਂਟ ਦੇ ਵਿੱਚ ਉਹ ਦੱਸਣਾ ਪਏਗਾ ਜਿਹੜੀ ਅਮਾਉਂਟ ਸੀ ਜਿਹੜੀ ਰਕਮ ਸੀ ਕਿੱਥੋਂ ਆਈ ਕਿਸੇ ਤਰ੍ਹਾਂ ਦੇ ਸੋਰਸਸ ਦੱਸਨੇ ਪੈਣਗੇ ਨਹੀਂ ਕੁਲਦੀਪ ਸੋਰਸ ਨਹੀਂ ਦੱਸਣਾ ਪੈਂਦਾ ਬਟ ਇਨਕਮ ਦਾ ਸੋਰਸ ਜ਼ਰੂਰ ਦੱਸਣਾ ਪੈਂਦਾ ਕਿ ਸਾਡੀ ਫੈਮਿਲੀ ਦੀ ਇਨਕਮ ਸਾਲਾਨਾ ਕਿੰਨੀ ਹੈ ਉਹ ਨੂੰ ਜ਼ਰੂਰ ਸਾਨੂੰ ਸ਼ੋ ਕਰਨਾ ਪਏਗਾ ਹੁਣ ਅਗਰ ਕੋਈ ਬਿਜ਼ਨਸਮੈਨ ਦਾ ਬ اگر کوئی کھیچھی بڑیلہ ਸੰਬੰਧ ਰੱਖਦਾ ਤੇ ਉਹਨਾਂ ਦੇ جے فارمز ਹੁੰਦੇ ਨੇ ਸੋ ਇਹ ਸਾਰੀਆਂ ਚੀਜ਼ਾਂ ਰਲਾ ਮਿਲਾ ਕੇ ਜਾਂ ਕਈਆਂ ਦਾ تحصیلدار ਤੋਂ سرٹیفکیٹ ਬਣਿਆ ਹੁੰਦਾ ਕਿ ਸਾਡੀ ਜਿਹੜੀ ਇਨਕਮ ਇੰਨੀ ਹੈਗੀ ਹੈ ਮਤਲਬ ਇਨਕਮ ਦਾ ਪ੍ਰੂਫ ਲੈ ਕੇ ਜਾਣਾ ਜ਼ਰੂਰੀ ਹੈ ਫੰਡ ਦਾ 소ਰਸ ਜਿਹੜਾ ਕਿ ਬਾਕੀ ਕੰਟਰੀਜ਼ ਮਾਇਨੇ ਰੱਖਦਾ ਵਾ ਜਿਵੇਂ ਕਿ ਨਿਊਜ਼ੀਲੈਂਡ ਜਾਂ ਉਸੇ ਲਦੀ ਗੱਲ ਕਰਾਂ ਤਾਂ ਫੰਡ ਦਾ 소ਰਸ ਜ਼ਰੂਰ ਦੇਣਾ ਪੈਂਦਾ ਬਟ ਯੂਐਸਐਸ ਦਾ ਨਾ ਕੋਈ ਗੱਲ ਨਹੀਂ ਹੈ ਕਿੰਨੀ ਫੈਮਿਲੀ ਇਨਕਮ ਹੋਣੀ ਚਾਹੀਦੀ ਇੱਕ ਫੈਮਿਲੀ ਜਿਹੜੀ ਆਪਣੇ ਬੱਚੇ ਨੂੰ ਯੂਐਸ ਪੜ੍ਹਨ ਦੇ ਲਈ ਭੇਜ ਰਹੀ ਹੈ ਕਿੰਨੀ ਕਮਾਈ ਹੋਣੀ ਚਾਹੀਦੀ ਉਹਨਾਂ ਦੀ ਸਾਲਾਨਾ ਕਮਾਈ ਇਸ ਤਰ੍ਹਾਂ ਹੈ ਕਿ ਕੁਲਦੀ ਪੇਰੇ ਚ ਦੋ ਚੀਜ਼ਾਂ ਆ ਜਾਂਦੀਆਂ ਨੇ ਹੁਣ ਕਈ ਫੈਮਿਲੀਆ ਹੈਗੇ ਨੇ ਜਿਨ੍ਹਾਂ ਦੀ ਕਮਾਈ ਹੋਊਗੀ 6 ਲੱਖ ਰੁਪਇਆ ਸਾਲਾਨਾ ਬਟ ਉਹਨਾਂ ਕੋਲ ਪਹਿਲਾ ਪੈਸਾ ਬਹੁਤ ਜੁੜਿਆ ਪਿਆ ਹੋਇਆ 40-50 ਲੱਖ ਰੁਪਇਆ ਵੀ 25 ਲੱਖ ਪਿਆ ਹੈ ਸਟੂਡੈਂਟ ਉੱਥੇ ਜਸਟੀਫਿਕੇਸ਼ਨ ਦੇ ਸਕਦਾ ਹੈ ਕਿ ਮੇਰੀ 1 ਸਾਲ ਦੀ ਪੜ੍ਹਾਈ ਦਾ ਖਰਚਾ ਹੈ 8 ਲੱਖ ਰੁਪਇਆ ਹੈ ਔਰ 2 ਸਾਲ ਮੈਂ ਪੜਨ ਜਾ ਰਹੇ ਹਾਂ ਮੇਰਾ 16 ਲੱਖ ਰੁਪਿਆ ਹੈ 16 ਲੱਖ ਤੋਂ ਬਾਅਦ ਮੇਰਾ ਸਾਲਾਨਾ ਖਰਚਾ ਜਿਹੜਾ ਇੱਕ ਸਾਲ ਉਹ ਤੇ ਰਹਿਣ ਦਾ ਖਰਚਾ ਹੈ 2 ਸਾਲਾਂ ਦਾ ਮਾਫ ਕਰਨਾ 10 ਲੱਖ ਰੁਪਿਆ ਸੋ ਦੇਖਿਆ ਜਾਵੇ ਤਾਂ ਕਿੰਨਾ ਕਿੰਨਾ 20-25 ਲੱਖ ਰੁਪਿਆ ਹੋਇਆ ਜਿਹ ਉਹਦੇ ਕੋਲੋਂ ਪੂਰਾ ਪਿਆ ਵਾ ਤੇ ਉਹਦਾ ਉਹ ਮੈਟਰ ਨਹੀਂ ਕਰਦਾ ਕਿ ਉਹ ਸਾਲਾਨਾ ਕਿੰਨਾ ਕਮਾਰਾ ਕਿਉਂਕਿ ਉਹਦੇ ਕੋਲ ਆਲਰੇਡੀ ਉਹਨਾ ਪੈਸਾ ਉਸ ਸ਼ੇਪ ਚ ਪਿਆ ਕਿ ਸਾਰਾ ਜੋ ਉਤੇ ਯੂਜ਼ ਹੋਣਾ ਹੈ ਤੇ ਵੀਜ਼ਾ ਆਫੀਸਰ ਸਿਕਿਉਰ ਹੈ ਕਿ ਇਹ ਬੱਚੇ ਕੋਲ ਉਹਨੀ ਅਮਾਉਂਟ ਸਫੀਸ਼ੀਐਂਟ ਪਈ ਹੈ ਜਿੰਨੀ ਦੇਰ ਦਾ ਵੀਜ਼ਾ ਮੰਗ ਰਿਹਾ ਮੇਰੇ ਕੋਲ ਜੀ ਅਕੈਡੈਮਿਕ ਸ਼ਰਤਾਂ ਤੇ ਫਾਈਨੈਂਸ਼ੀਅਲੀ ਪੂਰੀਆਂ ਕਰਨ ਤੋਂ ਬਾਅਦ I20 ਤੁਸੀਂ ਜ਼ਿਕਰ ਕੀਤਾ ਸੀ ਕਿ ਜਿਹੜੇ ਚੰਗੇ ਕਾਲਜ ਨੇ ਉਹਨਾਂ ਦੀ I20 ਆਉਣ ਨੂੰ ਵੀ 1.5 ਮਹੀਨਾ ਲੱਗ ਜਾਂਦਾ ਹੈ ਐਡਵਰਟਾਈਜ਼ਮੈਂਟ ਜਦੋਂ ਯੂਐਸਏ ਦੀ ਕੀਤੀ ਜਾਂਦੀ ਹੈ ਹਫ਼ਤੇ ਵਿੱਚ I20 ਲੋ 2 24 ਘੰਟਿਆਂ ਤੱਕ ਵੀ ਕਈ ਕਾਲਜ ਦਿੰਦੇ ਨੇ ਕੀ ਉਹ ਕਾਲਜ ਜਿਹੜੇ ਜਲਦੀ I20 ਦਿੰਦੇ ਨੇ ਤੁਸੀਂ ਉਹਨਾਂ ਨੂੰ ਚੰਗੇ ਨਹੀਂ ਮੰਨਦੇ ਜਾਂ ਬੱਚਿਆਂ ਨੂੰ ਅਪਲਾਈ ਕਰਨਾ ਚਾਹੀਦਾ ਹੈ ਉਹਨਾਂ ਵਿੱਚ ਜਾਂ ਨਹੀਂ ਕਰਨਾ ਚਾਹੀਦਾ ਦੇਖੋ ਇਹ ਰੇਜ ਕੁਲਦੀਪ ਐਸਰਾ ਹੈਗਾ ਕਿ ਨਾ ਤਾਂ ਮੈਂ ਖੁਦ ਪ੍ਰਿੰਟ ਕਰਨੀ I20 ਜਿਹੜੀ ਮੈਂ 24 ਘੰਟੇ ਦਾਂਗਾ ਔਰ ਨਾਹੀਂ ਮੈਂ ਐਡਵੈਕੋਲੋਜੀਸਟ ਢੀਲ ਕਰਦਾ ਮੈਂ ਜਿਹੜੇ ਕਿ 7 ਦਿਨ ਚ ਵੀ I20 ਦੇ ਦਿੰਦੇ ਆ ਬੇਸਿਕ ਕੀ ਹੈ I20 ਗਵਰਨਮੈਂਟ ਦੀ ਅਪਰੂਵਲ ਲਾਂਦੀ ਆ ਦਿਨ ਰਾਤ ਨਹੀਂ ਸਿੱਧਾ ਹੁੰਦਾ 24 ਘੰਟਿਆਂ ਦੇ ਵਿੱਚ ਯੂਐਸਏ ਇੰਡੀਆ ਦਾ ਆਪਸ ਵਿੱਚ ਮੇਲ ਨਹੀਂ ਖਾਂਦਾ ਤੇ ਮੈਂ 24 ਘੰਟੇ ਜਾਈ I20 ਕਿੱਥੋਂ ਦੇ ਸਕਦਾ ਦੂਸਰੀ ਗੱਲ ਜਦੋਂ ਕੋਈ ਚੰਗਾ ਕਾਲਜ ਹੈ ਚੰਗੀ ਯੂਨੀਵਰਸਿਟੀ ਹੈ ਉਹਨਾਂ ਦੀ ਇੱਕ ਕਮੇਟੀ ਬਣੀ ਹੋਈ ਹੈ ਜਿਹੜੀ ਕਿ ਬੱਚੇ ਦੀ ਐਪਲੀਕ ਹਰ ਇੱਕ ਐਪਲੀਕੇਸ਼ਨ ਰਿਵਿਊ ਦੇ ਅੰਡਰ ਲੈਂਦੀ ਹੈ ਉਸ ਰਿਵਿਊ ਦੇ ਵਿੱਚ ਕਰਕੇ ਕਿਉਂਕਿ ਸਾਡੇ ਕੋਲ ਐਜ਼ a ਬੀਂਗ a AIRC ਮੈਂਬਰ ਅਸੀਂ AIRC ਸਰਟੀਫਾਈਡ ਏਜੰਟ ਹੈਗੇ ਆ ਅਮਰੀਕਨ ਇੰਟਰਨੈਸ਼ਨਲ ਰਿਕਰੂਟਮੈਂਟ ਕਾਉਂਸਲ ਤੋਂ ਸੋ ਸਾਡੇ ਨਾਲ ਟਾਪ ਕਲਾਸ ਦੀ ਯੂਨੀਵਰਸਿਟੀਆਂ ਕਾਲਜਸ ਜੁੜੇ ਹੋਏ ਨੇ ਸੋ ਉਹਨਾਂ ਕਰਕੇ ਉਹਨਾਂ ਦੀ ਜਿਹੜੀ ਕਮੇਟੀ ਹੈ ਉਹ ਪ੍ਰੋਪਰ ਰਿਵਿਊ ਕਰਦੀ ਹੈ ਬੱਚਾ ਸਕਾਲਰਸ਼ਿਪ ਲਈ ਐਲੀਜੀਬਲ ਹੈ ਉਹਨੂੰ ਸਕਾਲਰਸ਼ਿਪ ਦਿੰਦੀ ਹੈ ਬੱਚਾ ਕਿਸੇ ਹੋਰ ਚੀਜ਼ ਵਾਸਤੇ ਐਲੀਜੀਬਲ ਹੈ ਲਾਈਕ ਕੋਈ ਅਕਮੋਡੇਸ਼ਨ ਜਾਂ 에어ਪੋਰਟ ਪਿਕਅਪ ਜਾਂ ਫ੍ਰੀ ਐਵਰੀ ਐਨੀਥਿੰਗ ਉਹਨੂੰ ਗਾਈਡ ਕੀਤਾ ਜਾਂਦਾ ਇਸ ਕਰਕੇ ਤੁਹਾਡਾ ਟਾਈਮ ਲੱਗਦਾ ਹਰ ਇੱਕ ਚੀਜ਼ ਨੂੰ ਮੈਂ ਜੇ ਕਵਾਂਗਾ ਕਿ ਸਟੂਡੈਂਟ ਮੇਰੇ ਕੋਲ ਹਰੀ ਚਾਵੇ ਹਰੀ ਦੇ ਵਿੱਚ ਮੇਰੇ ਕੋਲ ਕੋਈ ਸੌਂਦਾ ਨਹੀਂ ਹੈ ਕਾਲੀ ਚ ਮੇਰੇ ਕੋਲ ਕੋਈ ਚੀਜ਼ ਨਹੀਂ ਹੈਗੀ ਮੈਂ ਉਸ ਬੱਚੇ ਦਾ ਅਪਲਾਈ ਨਹੀਂ ਕਰਦਾ ਜਿਹੜਾ ਕਿ ਐਸ ਤਰ੍ਹਾਂ ਆਉਂਦਾ ਕਿ ਮੈਨੂੰ ਬਸ 10 ਜਾਂ 15 ਦਿਨ ਦੇ ਵਿੱਚ ਤੁਸੀਂ ਮੇਰੀ ਇੰਟਰਵਿਊ ਕਰਾ ਦਿਓ ਉਹਦੇ ਲਈ ਮੇਰੇ ਕੋਲ ਸਾਫ਼ ਮਨਾ ਹੈ ਜੀ ਸੋ ਤੁਸੀਂ ਵੀ ਜਿਹੜੀ ਇਹ ਸਾਰੀ ਜਾਣਕਾਰੀ ਪ੍ਰੋਪਰ ਲੈ ਸਕਦੇ ਹੋ ਇੱਕ ਨੰਬਰ ਸਕਰੋਲ ਕੀਤਾ ਜਾ ਰਿਹਾ ਲੈਂਡਮਾਰਕ ਇਮੀਗ੍ਰੇਸ਼ਨ ਦਾ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਵੀ ਆਪਣਾ ਸਵਾਲ ਸਾਂਝਾ ਕਰ ਸਕਦੇ ਹੋ ਕੋਈ ਵੀ ਚੀਜ਼ ਡਿਟੇਲ ਦੇ ਵਿੱਚ ਜਾਨਣਾ ਚਾਹੁੰਦੇ ਹੋ ਉਹ ਚੀਜ਼ ਜਾਣੀ ਜਾ ਸਕਦੀ ਪਰਸਨਲੀ ਵਿਜ਼ਿਟ ਕੀਤਾ ਜਾ ਸਕਦਾ ਹੈ ਗੁਰਪੇਜ ਜੀ ਨੂੰ ਮਿਲ ਸਕਦੇ ਹੋ ਲੈਂਡਮਾਰਕ ਦੀ ਪੂਰੀ ਟੀਮ ਨੂੰ ਮਿਲ ਕੇ ਤੁਸੀਂ ਆਪਣੇ ਸਾਰੇ ਡਾਊਟ ਕਨਫਿਊਜ਼ਨ ਜੋ ਵੀ ਸ਼ੰਕਾ ਜੋ ਵੀ ਤੁਹਾਡੇ ਜ਼ਿਹਨ ਵਿੱਚ ਉਹ ਸਾਰੇ ਦੂਰ ਕੀਤੇ ਜਾ ਸਕਦੇ ਨੇ I20 ਦੀ ਗੱਲ ਚੱਲ ਰਹੀ ਸੀ ਕਾਫੀ ਕੇਸਿਸ ਇਸ ਤਰ੍ਹਾਂ ਦੇ ਹੋਏ 24 ਘੰਟੇ 3-4 ਦਿਨਾਂ ਚ ਜਿਹੜੀਆਂ I20s ਆਈਆਂ ਉਹ 에ਜੰਟਸ ਕੋਲੋਂ ਆਪਣੇ ਕੋਲੋਂ ਦਿੱਤੀਆਂ ਗਈਆਂ ਸੀ ਉਸ ਤੋਂ ਬਾਅਦ ਜਿਹੜਾ ਪ੍ਰੋਸੈਸ ਨਹੀਂ ਲਿਆ ਗਿਆ ਬੱਚਿਆਂ ਤੋਂ ਪੈਸੇ ਲੈ ਲਏ ਕਾਫੀ ਜਿਹੜੀਆਂ ਖਾਸ ਕਰਕੇ ਯੂਐਸਏ ਦੇ ਵਿੱਚ ਇਸ ਤਰ੍ਹਾਂ ਦੇ ਬੱਚਿਆਂ ਨਾਲ ਫਰਾਡ ਦੇਖਣ ਨੂੰ ਮਿਲੇ ਸੀ ਸੋ I20 ਤੋਂ ਬਾਅਦ ਜਦੋਂ ਇੱਕ ਬੱਚੇ ਦੀ ਫਾਈਲ ਪ੍ਰੋਸੈਸ ਵਿੱਚ ਲੱਗ ਜਾਂਦੀ ਹੈ ਲੋਕੇਸ਼ਨ ਦੀ ਗੱਲ ਕੀਤੀ ਸੀ ਕਿ ਬੱਚਾ ਕਿਸੇ ਵੀ ਅੰਬੈਸੀ ਵਿੱਚ ਇੰਟਰਵਿਊ ਦੀ ਲੋਕੇਸ਼ਨ ਲੈ ਸਕਦਾ ਹੈ ਚਾਹੇ ਦਿੱਲੀ, ਮੁੰਬਈ ਜਿੱਥੇ ਬੱਚਾ ਦਿਲ ਕਰੇ। ਕਾਫੀ ਬੱਚਿਆਂ ਦਾ ਸਵਾਲ ਵੀ ਰਹਿੰਦਾ ਹੈ ਕਾਫੀ ਬੱਚਿਆਂ ਨੂੰ ਇਸ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾਂਦੀ ਕਿ ਦਿੱਲੀ ਵੀਜ਼ਾ ਨਹੀਂ ਮਿਲਦਾ ਮੁੰਬਈ ਮਿਲ ਜਾਂਦਾ ਜਾਂ ਚੇਨਈ ਮਿਲ ਜਾਂਦਾ ਹੈ। ਕੀ ਸਚਾਈ ਹੈ ਇਸ ਗੱਲ ਦੇ ਵਿੱਚ? ਨਹੀਂ ਗੁਲਦੀਪ ਇਹ ਕੋਈ ਸਚਾਈ ਨਹੀਂ ਹੈ ਜੇ ਬੱਚਾ ਕੌਨਫੀਡੈਂਟ ਹੈ ਸਭ ਕੁਝ ਪੈਰਾਮੀਟਰਸ ਪੂਰੇ ਕਰ ਰਿਹਾ ਹੈ ਉਹਨੂੰ ਵੀਜ਼ਾ ਦਿੱਲੀ ਤੋਂ ਵੀ ਮਿਲ ਜਾਣਾ ਹੈ। ਚੇਨਈ ਜਾਣ ਦੀ ਲੋੜ ਨਹੀਂ ਆ। ਹਾਂ ਕਈ ਵਾਰੀ ਬੰਦੇ ਦਾ ਪਲਾਨ ਹੁੰਦਾ ਕਈ ਵਾਰੀ ਉਹ ਟੂਰਿਜ਼ਮ ਪਰਪਸ ਲਈ ਮੁੰਬਈ, ਚੇਨਈ ਜਾਂ ਕਿਤੇ ਹੋਰ ਉਹចਸਾ ਆਪਣਾ ਸ਼ਡਿਊਲ ਕਰ ਦਿੱਤੇ ਜਾਂਦੇ ਇੰਟਰਵਿਊਜ਼ ਕੀ ਤੁਸੀਂ ਉੱਥੇ ਵੀ ਦੇ ਸਕਦੇ ਹੋ ਆਦਰਵਾਇਸ ਸਾਨੂੰ ਸਭ ਤੋਂ ਨੇੜੇ ਦਿੱਲੀ ਪੈਂਦਾ ਸਾਨੂੰ ਦਿੱਲੀ ਹੀ ਜਾਣਾ ਚਾਹੀਦਾ ਹੈ ਦਿੱਲੀ ਚੋਂ ਵੀਜ਼ੇ ਮਿਲਦੇ ਆ ਲੈਂਡਮੈਕ ਇਮੀਗ੍ਰੇਸ਼ਨ ਦੇ ਰੀਸੈਂਟਲੀ ਜਿੰਨੇ ਵੀ ਵੀਜ਼ੇ ਆਏ ਨੇ ਸਾਰੇ ਦਿੱਲੀ ਤੋਂ ਆਏ ਨੇ ਤੁਸੀਂ ਆਫਿਸ ਵਿੱਚ ਜਦੋਂ ਵੀ ਆਓਗੇ ਤੁਸੀਂ ਰੀਸੈਂਟ ਵੀਜ਼ਾਸ ਦੇਖ ਸਕਦੇ ਹੋ ਜਿਹੜੇ ਬੱਚੇ ਫਲਾਈ ਕਰ ਚੁੱਕੇ ਨੇ ਕਈਆਂ ਨੇ ਫਲਾਈ ਕਰਨਾ ਹੈ ਉਹ ਸਾਰੇ ਵੀਜ਼ੇ ਦਿੱਲੀ ਤੋਂ ਹੀ ਨੇ ਜੀ ਅ ਕੋਰਸ ਕੀ ਰਹਿੰਦੇ ਨੇ ਇੱਕ ਬੱਚੇ ਕੋਲ ਜਦੋਂ ਯੂਐਸਏ ਪੜਨ ਜਾ ਰਿਹਾ ਹੈ ਇਹ ਸਾਰੀਆਂ ਗੱਲਾਂ ਸੀ ਪ੍ਰੋਸੈਸ ਦੀਆਂ ਹੁਣ ਕੋਰਸ ਬੱਚਾ ਕਿਵੇਂ ਸਿਲੈਕਟ ਕਰੇ ਜਾਂ ਕਾਲਜ ਕਿਵੇਂ ਸਿਲੈਕਟ ਕਰੇ ਲੋਕੇਸ਼ਨਸ ਕਾਫੀ ਨੇ ਕਿਸ ਤਰੀਕੇ ਨਾਲ ਕਿਸ ਚੀਜ਼ ਨੂੰ ਆਧਾਰ ਮੰਨ ਕੇ ਬੱਚਾ ਇਹ ਸਾਰੀਆਂ ਚੀਜ਼ਾਂ ਸਿਲੈਕਟ ਕਰੇ ਗੁਲਦੀਪ ਸਭ ਤੋਂ ਪਹਿਲਾਂ ਜਦੋਂ ਸਟੂਡੈਂਟ ਆਉਂਦਾ ਹੈ ਅਸੀਂ ਸਾਡੀ ਪ੍ਰਾਇਓਰਿਟੀ ਰਹਿੰਦੀ ਹੈ ਕਿ ਅਸੀਂ ਇਹਨੂੰ ਪੁੱਛ ਪਾਈਏ ਕਿ ਤੁਹਾਡੇ ਕੋਈ ਰਿਲੇਟਿਵ ਕੋਈ ਫਰੈਂਡ ਸਰਕਲ ਕਿਤੇ ਰਹਿੰਦਾ ਕਿਸ ਏਰੀਆ 'ਚ ਤਾਂ ਜੋ ਅਸੀਂ ਉਹਨੂੰ ਉੱਥੇ ਹੀ ਦੇ ਪਾਈਏ ਕਿਉਂਕਿ ਅੱਗੇ ਜਾ ਕੇ ਇੱਕ 에어ਪੋਰਟ ਤੋਂ ਲੈਣ ਵਾਲਾ ਬੰਦਾ ਹੀ ਖੜਾ ਹੋਵੇ ਨਾ ਤੇ ਮੈਨੂੰ ਲ ਕਿ ਮੈਨੂੰ ਕੋਈ ਲੈਣ ਲਖੜਾ ਇੱਥੇ ਸੋ ਬੇਸਿਕ ਚੀਜ਼ ਇਹੀ ਹੈ ਕਿ ਸਾਡੀ ਪ੍ਰਾਇੋਰਟੀ ਇਹ ਰਹਿੰਦੀ ਹੈ ਉਸ ਤੋਂ ਬਾਅਦ ਸਾਡੀ ਪ੍ਰਾਇੋਰਟੀ ਰਹਿੰਦੀ ਕਿ ਜੋ ਬੱਚੇ ਨੇ ਪੜਨ ਜਾਣਾ ਹੈ ਉਹਦੇ ਰੈਲੇਵੈਂਟ ਐਜੂਕੇਸ਼ਨ ਇੱਥੇ ਮਿਲ ਰਹੀ ਹੈ ਚੰਗੀ ਯੂਨੀਵਰਸਿਟੀ ਕੋਈ ਸਕਾਲਰਸ਼ਿਪ ਮਿਲ ਰਹੀ ਹੈ ਕੁਝ ਵੀ ਹੈ ਉਹਦੇ ਲਈ ਉਹਨੂੰ ਗਾਈਡ ਕੀਤਾ ਜਾਵੇ ਵੀ ਸਟੂਡੈਂਟ ਨੂੰ ਇਹ ਆਪਸ਼ਨਸ ਹੈਗੇ ਨੇ ਤਿੰਨ ਚਾਰ ਤੁਸੀਂ ਕਿਹੜੀ ਚੂਜ਼ ਕਰਨਾ ਚਾਹੁੰਦੇ ਹੋ ਉਹਦੇ ਅਕੋਰਡਿੰਗ ਹੀ ਚੱਲਿਆ ਜਾਂਦਾ ਹੈ ਸਾਡੇ ਲਈ ਪ੍ਰਾਇੋਰਟੀ ਵੀਜ਼ਾ ਹੈ ਤੁਹਾਡੇ ਲਈ ਪ੍ਰਾਇੋਰਟੀ ਵੀ ਵੀਜ਼ਾ ਹੈ ਦੂਸਰੀ ਗੱਲ ਤੁਸੀਂ ਪੁੱਛੀ ਸੀ ਨਾਲ ਨਾਲ ਕਿ ਕੋਰਸਿਸ ਕਿਸ ਤਰ੍ਹਾਂ ਸelect ਕਰਨੇ ਚਾਹੀਦੇ ਨੇ ਕੋਰਸਿਸ ਨੂੰ ਲੈ ਕੇ ਮੈਂ ਕਹੂੰਗਾ ਕਿ ਯੂਐਸ ਦੇ ਵਿੱਚ ਅਗਰ ਇੱਕ ਆਰਟਸ ਪਾਸ ਆਊਟ ਬੱਚਾ ਵੀ ਹੈ ਉਹ ਚਾਹੁੰਦਾ ਹੈ ਕਿ ਮੈਂ ਅੱਗੇ ਜਾ ਕੇ ਮੈਡੀਕਲ ਦੀ ਪੜ੍ਹਾਈ ਕਰਨਾ ਚਾਹੁੰਦਾ ਹੈ ਤੇ ਉਹ ਵੀ ਜਾ ਸਕਦਾ ਰੈਲੇਵੈਂਸੀ ਨਹੀਂ ਮੈਟਰ ਕਰਦੀ ਬਟ ਤੁਹਾਨੂੰ ਐਕਸਪ੍ਰੈਸ ਕਰਨਾ ਪਏਗਾ ਕਿ ਤੁਸੀਂ ਇੰਨਾ ਵੱਡਾ ਸਟੈਪ ਕਿਉਂ ਲੈ ਰਹੇ ਹੋ ਆਦਰਵਾਇਜ਼ ਆਰਟ ਸਟੂਡੈਂਟ ਹੌਸਪਿਟੈਲਿਟੀ ਕਰਨ ਜਾਂਦਾ ਹੈ ਹੋਟਲ ਮੈਨੇਜਮੈਂਟ ਟੂਰਿਜ਼ਮ ਵਰਗੇ ਕੋਰਸਿਸ ਜਾਂ ਆਈਟੀ ਵਰਗੇ ਕੋਰਸਿਸ ਕਰਨ ਚਲਾ ਜਾਂਦਾ ਹੈ कॉमर्स स्टूडेंट बिजनेस नैके बिजनेस में स्पैशलाइजेस लैसता है एचआर मार्केटिंग सारे प्रोग्राम्स फाइनैंस सारे अवेलेबल ने जनरल मैनेजमेंट भी अवेलेबल है सो उस बाद नॉन मैडिकल स्टूडेंट एनी काइंड ऑफ इंजीनियरिंग कर जा सकता है लाइक इलैक्ट्रिकल मकैनीकल इलेक्ट्रॉनिक्स सिविल कंप्यूटर इन एनी काइंड ऑफ इंजीनियरिंग यू वॉन्ट टू गो नॉन मैडिकल स्टूडेंट कैन गो और मैडिकल स्टूडेंट अपने रिलटिड पढ़ाई बायोटेक्नोलॉजी के रिलटिड कैमस्ट्री रिलटिड फिजिक्स से रिलटिड ਪੜ ਸਕਦਾ ਹੈ ਡਿਫਰੈਂਟਲੀ ਔਰ ਨਾਲ ਨਾਲ ਜੇ ਕੋ ਪ੍ਰੀ ਹੈਲਥ ਸਾਇੰਸ ਕਰਕੇ ਡੈਂਟਲ ਪੜਨਾ ਚਾਹੁੰਦਾ ਹੈ ਜਾਂ ਕਾਫੀ ਇਸ ਤਰ੍ਹਾਂ ਦੇ ਕੋਰਸਸ ਕਰਨਾ ਚਾਹਦਾ ਜਿਹਦੇ ਚ ਉਹਦਾ ਇੰਟਰਸਟ ਹੈ ਹਰ ਤਰ੍ਹਾਂ ਦਾ ਕੋਰਸ ਅਵੇਲੇਬਲ ਹੈ ਸਿਰਫ ਉੱਥੇ ਅਵੇਲੇਬਲ ਹੋਏਗਾ ਜਿੱਤੇ ਤੁਹਾਡੇ ਏਜੰਟ ਦਾ ਤੁਹਾਡੇ ਕੰਸਲਟੈਂਟ ਦਾ ਟਾਈਪਸ ਪ੍ਰੋਪਰਲੀ ਹੋਣਗੇ ਯੂ ਐਸ ਦੇ ਵਿੱਚ ਕਿਉਂਕਿ ਯੂ ਐਸ ਦੇ ਵਿੱਚ ਟਾਈਪ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਜਦ ਤੱਕ ਇੱਕ ਰਜਿਸਟਰਡ ਏਜੰਟ ਜਾਂ ਕੰਸਲਟੈਂਟ ਨੂੰ ਨਹੀਂ ਲੱਭਦੇ ਜਦ ਤੱਕ ਤੁਹਾਨੂੰ ਆਪਣੀ ਮਨਪਸੰਦਾ ਕੋਰਸ ਔਰ ਲੋਕੇਸ਼ਨ ਨਹੀਂ ਮਿਲ ਪਾਏਗਾ ਜੀ ਤੁਹਾਡੇ ਤਕਰੀਬਨ ਹਰ ਲੋਕੇਸ਼ਨ ਤੇ ਹਰ ਸਿਟੀ ਦੇ ਵਿੱਚ ਢਾਈ ਅਪਸ ਨੇ ਕਾਲਜੇਜ਼ ਨਾਲ ਯੂਨੀਵਰਸਿਟੀਆਂ ਨਾਲ ਇੱਕ ਬੱਚਾ ਜਦੋਂ ਯੂਐਸ ਅਪਲਾਈ ਕਰਦਾ ਹੈ ਗਵਰਨਮੈਂਟ ਕਾਲਜ ਜਾਂ ਯੂਨੀਵਰਸਿਟੀ ਵਿੱਚ ਅਪਲਾਈ ਕਰੇ ਜਾਂ ਜੋ ਵੀ ਪ੍ਰਾਈਵੇਟ ਕਾਲਜ ਜਾਂ ਯੂਨੀਵਰਸਿਟੀਆਂ ਨੇ ਕਿੱਥੇ ਸਕਸੈਸ ਰੇਟ ਰੇਟ ਜਾਂਦਾ ਹੈ ਤੇ ਬੱਚੇ ਨੂੰ ਪੜ੍ਹਾਈ ਕਿੱਥੇ ਵਧੀਆ ਮਿਲਦੀ ਹੈ ਅੱਗੇ ਫਰਦਰ ਆਪਸ਼ਨ ਬੱਚੇ ਕੋਲ ਕਿੱਥੇ ਜ਼ਿਆਦਾ ਨੇ ਦੇਖੋ ਲੈਂਡਮਾਰਕ ਕਮਿਊਨੀਕੇਸ਼ਨ ਦੇ ਕੁਲਦੀਪਜੀਤ ਪ੍ਰੈਜ਼ੈਂਟਲੀ ਜੋ ਸਟੂਡੈਂਟ ਪੜ੍ਹ ਰਹੇ ਨੇ ਉਹ ਪ੍ਰਾਈਵੇਟ ਕਾਲਜ ਵੀ ਪੜ੍ਹ ਰਹੇ ਆ ਉਹ ਗਵਰਨਮੈਂਟ ਕਾਲਜ ਵੀ ਪੜ੍ਹ ਰਹੇ ਆ ਕਮਿਊਨਿਟੀ ਕਾਲਜਸ ਪ੍ਰਾਈਵੇਟ ਯੂਨੀਵਰਸਿਟੀਜ਼ 'ਚ ਵੀ ਪੜ ਰਹੇ ਆਂ ਔਰ ਗਵਰਨਮੈਂਟ ਯੂਨੀਵਰਸਿਟੀਜ਼ 'ਚ ਵੀ ਪੜ ਰਹੇ ਪਬਲਿਕ ਫੰਡਡ ਯੂਨੀਵਰਸਿਟੀ ਕਿਤੇ ਵੀ ਕੋਈ ਦਿੱਕਤ ਨਹੀਂ ਲੈਂਡਮੈਕ ਇਮੀਗ੍ਰੇਸ਼ਨ ਆਪਣੇ ਪਾਰਟਨਰ ਬੜੇ ਹੀ ਦੇਖ ਪਰਖ ਕੇ ਚੁਣਦਾ ਅਸੀਂ ਸਾਡੇ ਵਨ ਆਫ ਦਾ ਡਾਇਰੈਕਟਰ ਆਫ ਦਾ ਕੰਪਨੀ ਉਹ ਵਿਜ਼ਿਟ ਕੀਤਾ ਸੀ ਉਹਨਾਂ ਨੇ ਯੂਐਸਏ ਪਹਿਲਾਂ ਵੀ ਜਦੋਂ ਗਏ ਸੀਗੇ ਤੇ ਇਹੀ ਚੀਜ਼ ਦੇਖਣ ਗਏ ਸੀ ਕਿ ਕੀ ਜਿਹੜੇ ਕਾਲਜ ਯੂਨੀਵਰਸਿਟੀਜ਼ ਅਸੀਂ ਡੀਲ ਕਰਨਾ ਹੈ ਕੀ ਉਹ ਸਾਡੇ ਸਟੂਡੈਂਟਲੀ ਸੇਫ ਹੈ ਸਾਡੇ ਸਟੂਡੈਂਟ ਨੂੰ ਕੁਆਲਿਟੀ ਐਜੂਕੇਸ਼ਨ ਦੇ ਪਾਣਗੇ ਕੀ ਸਾਡੇ ਸਟੂਡੈਂਟ ਤੇ ਜੋ ਸੈਟੀਸਫੈਕਸ਼ਨ ਲੈਵਲ ਹੋਊਗਾ ਕੀ ਜੋ ਅਸੀਂ ਆਪਣੇ ਸਟੂਡੈਂਟ ਲਈ ਸੋਚ ਰਹੇ ਆ ਉਹ ਬਿਲਕੁਲ ਸਹੀ ਹੈ ਕਿਤੇ ਇਹ ਤਾਂ ਤਾਂ ਨਹੀਂ ਕਿ ਦੋ ਕਮਰੇ ਦੇ ਵਿੱਚ ਕਾਲਜ ਹੋਵੇ ਔਰ ਸਟੂਡੈਂਟ ਬਸ ਖੱਜਲ ਹੁੰਦਾ ਰਹੇ ਔਰ ਉੱਥੇ ਪਤਾ ਲੱਗੇ ਕਿ 6 ਮਹੀਨੇ ਵਾਲਾ ਤਾਂ ਕਾਲਜ ਵੀ ਬੰਦ ਹੋ ਗਿਆ ਸੋ ਇਹ ਸਾਰੇ ਪੈਰਾਮੀਟਰਸ ਲੈਂਡਮਾਰਕ ਇਮੀਗ੍ਰੇਸ਼ਨ ਆਪਣੇ ਲੈਵਲ ਤੇ ਹੀ ਜਾਂਚ ਪਰਕਰਨ ਤੋਂ ਬਾਅਦ ਹੀ ਆਪਣੇ ਐਸੋਸੀਏਟ ਮੈਂਬਰਸ ਨੂੰ ਚੁਣਦਾ ਹੈ ਜਿਨ੍ਹਾਂ ਨਾਲ ਅਸੀਂ ਕੰਮ ਕਰਨਾ ਹੁੰਦਾ ਹੈ। ਕਾਫੀ ਬੱਚੇ ਵਿਦਆਉਟ ਆਇਲਸ ਅਪਲਾਈ ਕਰਨਗੇ ਰੈਲੇਵੈਂਸੀ ਨਹੀਂ ਬਣਦੀ। ਸੋ ਬੱਚਾ ਕੋਈ ਵੀ ਕੋਰਸ ਲੈ ਸਕਦਾ ਹੈ। ਉੱਥੇ ਜਾ ਕੇ ਬੱਚੇ ਨੂੰ ਪੜ੍ਹਾਈ ਔਖੀ ਲੱਗਦੀ ਜਾਂ ਕਈ ਵਾਰ ਕਾਫੀ ਵਾਰ ਹੁੰਦਾ ਕੈਨੇਡਾ ਦੇ ਵਿੱਚ ਖਾਸ ਕਰਕੇ ਹੁੰਦਾ ਕਿ ਬੱਚਾ ਨੂੰ ਮਿਸ ਗਾਈਡ ਕੀਤਾ ਜਾਂਦਾ ਤੂੰ ਆਹ ਕੋਰਸ ਲੈ ਲਿਆ ਆਹ ਲੈਣਾ ਸੀ। ਇੱਥੇ ਕੰਮ ਜ਼ਿਆਦਾ ਕਰਨਾ ਪੈਗਾ, ਇੱਥੇ ਕਲਾਸੇ ਜ਼ਿਆਦਾ ਲੈਉਣੀਆਂ ਪੈਣਗੀਆਂ। ਯੂਐਸ ਦੇ ਵਿੱਚ ਕਿਸ ਤਰ੍ਹਾਂ ਦਾ ਆਲਮ ਰਹਿੰਦਾ ਤੇ ਬੱਚਾ ਕੋਰਸ ਚੇਂਜ ਕਰ ਸਕਦਾ ਉੱਥੇ ਜਾ ਕੇ ਜਾਂ ਨਹੀਂ ਕਰ ਸਕ ਕਵੈਸਚਨ ਕੁਲਦੀ ਕਿ ਸਟੂਡੈਂਟ ਨੂੰ ਪ੍ਰੋਬਲਮ ਤਾਂ ਨਹੀਂ ਆਉਂਦੀ ਕਿ ਜੇ ਉਹ ਵਿਦਆਊਟ ਆਇਲਟਸ ਆ ਰਿਹਾ ਸੋ ਮੈਂ ਇਹਦੇ ਵਿੱਚ ਐਡ ਆਨ ਕਰ ਦੇਣਾ ਚਾਹੁੰਦਾ ਜੇ ਸਟੂਡੈਂਟ ਕੋਈ ਵੀ ਯੂਐਸ ਵਿਦਆਊਟ ਆਇਲਟਸ ਆ ਰਹਾ ਤੇ ਉਹਨੂੰ ਈਐਸਐਲ ਪ੍ਰੋਗਰਾਮ ਕਰਨਾ ਪੈਂਦਾ ਥੈਟ ਇਜ਼ ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ ਬੱਚੇ ਨੂੰ ਪਹਿਲਾਂ ਇੰਗਲਿਸ਼ ਪੜਾਈ ਜਾਂਦੀ ਆ ਉਹ ਇਸ ਇੰਗਲਿਸ਼ ਪੜਾਉਣ ਤੋਂ ਬਾਅਦ ਹੀ ਉਹਨੂੰ ਮੇਨ ਕੋਰਸ ਦਾਖਲਾ ਦਿੱਤਾ ਜਾਂਦਾ ਬਟ ਇਹਦੇ ਚ ਇੰਨੀ ਕਿਉਂਕਿ ਪੇਪਰ ਹੈਗਾ ਉੱਥੇ ਈਐਸਐਲ ਦਾ ਐਗਜ਼ਾਮ ਹੋਇਆ ਤੁਸੀਂ ਫੇਲ ਹੋਗੇ ਤੁਹਾਨੂੰ ਵਾਪਸ ਆਣਾ ਪਊਗਾ ਨੋ ਇਸ ਜਰਨਲ ਇੰਗ ਇੱਕ ਮੋਡਿਊਲ ਆ 3 ਮਹੀਨੇ 6 ਮਹੀਨੇ ਪੜਨਾ ਪੈ ਸਕਦਾ ਔਰ ਆਫਟਰ ਦੈਟ ਯੂ ਕੈਨ ਸੈਟ ਇਨ ਯੂਅਰ ਮੇਨ ਸਟਰੀਮ ਕੋਰਸ ਤੁਸੀਂ ਮੇਨ ਕੋਰਸ ਸਟਾਰਟ ਹੋ ਜਾਏਗਾ ਸੋ ਪਹਿਲੀ ਗੱਲ ਤਾਂ ਇੱਥੇ ਬੱਚੇ ਨੂੰ ਕੋਈ ਦਿੱਕਤ ਨਹੀਂ ਆਏਗੀ ਜਿਹੜਾ ਵਿਦਾਊਟ ਆਇਲਟ ਜਾ ਰਿਹਾ ਸੋ ਦੂਸਰਾ ਪੁਆਇੰਟ ਤੁਹਾਡਾ ਕੁਲਦੀਪ ਜੀ ਕੀ ਸਟੂਡੈਂਟ ਅਗਰ ਕੋਰਸ ਕਾਲਜ ਚੇਂਜ ਕਰਦਾ ਤਾਂ ਕੋਈ ਦਿੱਕਤ ਨਹੀਂ ਯੂਐਸਏ ਲਾਅ ਜਿਹੜਾ ਹੈ ਸਟੂਡੈਂਟ ਦੇ ਫੇਵਰ ਦੇ ਵਿੱਚ ਹੈ ਸਟੂਡੈਂਟ ਚੇਂਜ ਕਰ ਸਕਦਾ ਵਾ ਕੋਈ ਪ੍ਰੋਬਲਮ ਨਹੀਂ ਬਟ ਮੈਂ ਚਾਹੂੰਗਾ ਕਿ ਉਹ ਚੇਂਜ ਨਾ ਕਰੇ ਕਿਉਂਕਿ ਇਨ ਫਿਊਚਰ ਬੱਚਿਆਂ ਨੂੰ ਪ੍ਰੋਬਲਮ ਉਹਨੂੰ ਹਰ ਚੀਜ਼ ਦੱਸਣਾ ਪੈਂਦਾ ਕਿ ਉਹਨਾਂ ਨੇ ਇਹ ਸਟੈਪ ਕਿਉਂ ਲਿਆ ਸੀ ਉਹਨਾਂ ਨੇ ਅਗਰ ਕਾਲਜ ਆਏ ਸੀ ਤੇ ਚੇਂਜ ਕਿਉਂ ਕੀਤਾ ਸੀ ਤਾਂ ਮੈਂ ਚਾਹਨਾ ਹੈ ਕਿ ਤੁਹਾਡੀ ਚੁਆਇਸ ਅਸੀਂ ਇੱਥੋਂ ਹੀ ਧਿਆਨ ਰੱਖਾਂਗੇ ਲੈਂਡਮਕ ਇਮੀਗ੍ਰੇਸ਼ਨ ਤੁਹਾਡੇ ਇੱਥੋਂ ਹੀ ਧਿਆਨ ਰੱਖੇਗਾ ਕਿ ਤੁਸੀਂ ਕਿਸ ਪ੍ਰੋਵਿੰਸ ਕਿਸ ਸਟੇਟ ਵਿੱਚ ਕਿਸ ਲੋਕੇਸ਼ਨ 'ਚ ਜਾਣਾ ਚਾਹੁੰਦੇ ਹੋ ਔਰ ਕਿਸ ਤਰ੍ਹਾਂ ਦਾ ਕੋਰਸ ਕਰਨਾ ਚਾਹੁੰਦੇ ਹੋ ਉਹਦੇ ਨਾਲ ਹੀ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਤਾਂ ਜੋ ਤੁਹਾਨੂੰ ਉੱਥੇ ਜਾ ਕੇ ਇਹ ਬਦਲਨ ਬਦਲਾਉਣ ਵਾਲੀਆਂ ਗੱਲਾਂ ਦਾ ਧਿਆਨ ਨਹੀਂ ਦੇਣਾ ਪਵੇ ਤੁਸੀਂ ਫੋਕਸ ਕਰ ਸਕੋ ਆਪਣੀ ਸਟੱਡੀ ਦੇ ਉੱਤੇ ਆਪਣੇ ਫੋਕਸ ਕਰ ਸਕੋ ਆਪਣੇ ਕੈਰੀਅਰ ਦੇ ਉੱਤੇ ਫਿਰ ਰਿਜੈਕਸ਼ਨ ਵਾਲੇ ਜਿਹੜੇ ਬੱਚੇ ਦੇ ਚਾਹੇ ਕੈਨੇਡਾ ਤੋਂ ਰਿਜੈਕਟ ਨੇ ਆਸਟ੍ਰੇਲੀਆ ਤੋਂ ਰਿਜੈਕਟ ਨੇ ਜਾਂ ਨਿਊਜ਼ੀਲੈਂਡ ਤੋਂ ਰਿਜੈਕਟ ਨੇ ਜਦੋਂ ਯੂਐਸ ਅਪਲਾਈ ਕਰਦੇ ਨੇ ਕਿਸ ਨਜ਼ਰੀਏ ਨਾਲ ਦੇਖਦੇ ਉਹਨਾਂ ਨੂੰ ਹਾਈ ਕਮਿਸ਼ਨ ਜਾਂ ਅੰਬੈਸੀ ਤੇ ਕੀ ਸਕਸੈਸ ਰੇਟ ਰਹਿੰਦਾ ਉਹਨਾਂ ਲਈ ਸੇਮ ਸਕਸੈਸ ਰੇਟ ਕੁਲਦੀਪ ਹਮੇਸ਼ਾ ਜੇ ਕੋਈ ਫਰੈਸ਼ ਐਪਲੀਕੇਸ਼ਨ ਵੀ ਜਾ ਰਹੀ ਹੈ ਜਿਹੜਾ ਕਿਤੋਂ ਵੀ ਰਿਫਿਊਜ਼ ਨਹੀਂ ਹੈ ਜਾਂ ਕਿਤੋਂ ਵੀ ਹੋਵੇ ਉਨੇ ਇੰਟਰਵਿਊ ਲੈਣੀ ਆ ਅਗਰ ਉਹ ਸਮਝਿਆ ਕਿ ਮੇਰੇ ਲਈ ਕੈਂਡੀਡੇਟ ਠੀਕ ਹੈ ਮੇਰੇ ਲਈ ਕੈਂਡੀਡੇਟ ਓਕੇ ਹੈ ਇਸ ਯੂਨੀਵਰਸਿਟੀ ਲਈ ਐਲੀਜੀਬਲ ਹੈ ਕੋਲੇ ਲਈ ਤੇ ਉਹਦਾ ਵੈਲਕਮ ਹੈ ਇਹ ਨਹੀਂ ਹੈਗਾ ਕਿ ਉਸ ਕੰਟਰੀ ਤੋਂ ਰਿਫਿਊਜ਼ ਹੈ ਤੇ ਤੁਸੀਂ ਹਾਂ ਇਧਰ ਅਪਲਾਈ ਕਰ ਦਿੱਤਾ ਤੁਹਾਨੂੰ ਇੱਥੇ ਵੀ ਰਿਫਿਊਜ਼ ਨਹੀਂ ਮਿਲੇਗੀ ਬਟ ਇੱਕ ਚੀਜ਼ਾ ਜ਼ਰੂਰ ਧਿਆਨ ਰੱਖਣਾ ਹੈ ਕਿ ਤੁਸੀਂ ਕਿਤੇ ਐਧਰ ਰਿਫਿਊਜ਼ਲ ਨਹੀਂ ਹੋਵੇ ਤੁਹਾਡੇ ਤੇ ਕੋਈ ਬੈਨ ਨਾ ਲੱਗਿਆ ਹੋਵੇ ਕਿਸੇ ਕੰਟਰੀ ਦਾ ਤੁਸੀਂ ਕੋਈ ਫੋਰਜ ਡਾਕੂਮੈਂਟ ਲਗਾਏ ਹੋਣਾ ਤੇ ਤੁਹਾਡੇ ਤੇ ਬੈਨ ਲੱਗਿਆ ਹੋਵੇ ਉਹਦੇ ਵਿੱਚ ਹੋ ਸਕਦਾ ਤੁਹਾਨੂੰ ਅੜਚਾ ਨਾ ਸਕੇ ਆਦਰਵਾਇਜ਼ ਇੱਕ ਜਨਰਲ ਰਿਜੈਕਸ਼ਨ ਹੈ ਇੰਟਰਵਿਊ ਚ ਕੋਈ ਪ੍ਰੋਬਲਮ ਆ ਗਈ ਸੀ ਫੰਡਸ ਪੁਰਾਣੇ ਦਿਖਾਣੇ ਸੀ ਕਿ ਨਵੇਂ ਦਿਖਾਏ ਸੀ ਤੁਹਾਨੂੰ ਕੋਈ ਪ੍ਰੋਬਲਮ ਆ ਗਈ ਸੀ ਇਸ ਤਰ੍ਹਾਂ ਦੀ ਛੋਟੀ ਮੋਟੀ ਪ੍ਰੋਬਲਮ ਜਿਹ ਵਿੱਚ ਕੋਈ ਪ੍ਰੋਬਲਮ ਨਹੀਂ ਆਏਗੀ ਤੁਹਾਨੂੰ ਯੂਐਸ ਪ੍ਰੋਪਰ ਐਂਟਰਟੇਨ ਕਰੇਗਾ ਔਰ ਵੀਜ਼ਾ ਦੇਹਨ ਲਈ ਵੀ ਬਚਨ ਵਾਦਾ ਹੈ ਜੇ ਤੁਸੀਂ ਐਲੀਜੀਬਲ ਹੋ ਜੀ ਇਹ ਉਹ ਬੱਚੇ ਸੀ ਜਿਹੜੇ ਹੋਰ ਕੰਟਰੀਜ਼ ਤੋਂ ਰਿਜੈਕਟ ਸੀ ਯੂਐਸ ਅਪਲਾਈ ਕਰ ਸਕਦੇ ਨੇ ਜਿਹੜੇ ਬੱਚੇ ਆਲਰੇਡੀ ਯੂਐਸ ਤੋਂ ਰਿਜੈਕਟ ਹੋਏ ਚਾਹੇ ਸਟੂਡੈਂਟ ਵੀਜ਼ਾ ਰਿਜੈਕਟ ਹੋਇਆ ਜਾਂ ਇੱਕ ਜਿਹੜਾ 10 ਸਾਲ ਦਾ ਮਲਟੀਪਲ ਐਂਟਰੀ ਵੀਜ਼ਾ ਕਹਿ ਕੇ ਵਿੱਚ ਆ ਜਾਂਦਾ ਪੰਜਾਬ ਵਿੱਚ ਖਾਸ ਕਰਕੇ ਜੇ ਉਹ ਵੀਜ਼ਾ ਬੱਚੇ ਦਾ ਰਿਜੈਕਟ ਹੋਇਆ ਉਹਨਾਂ ਨੂੰ ਯੂਐਸ ਕਿਵੇਂ ਦੇਖਦਾ ਇਹ ਬਹੁਤ ਵਧੀਆ ਕੁਐਸਚਨ ਹੈ ਗੁਲਦੀਪ ਕੀ ਮੈਂ ਵੀ ਚਾਹੁੰਦਾ ਸੀ ਕਿ ਇਹ ਜੀ ਗੱਲ ਕੋਈ ਹੋਵੇ ਤੇ ਮੈਂ ਉਹਦਾ ਆਨਸਰ ਦਵਾਂ ਮਾਰਕੀਟ ਦੇ ਵਿੱਚ ਮੈਂ ਕਈ ਵਾਰ ਸੁਣਨ ਨੂੰ ਮਿਲਦਾ ਵਾ ਸਟੂਡੈਂਟ ਕਹਿੰਦਾ ਸਰ ਮੇਰਾ 10 ਸਾਲ ਦਾ ਵੀਜ਼ਾ ਰਿਫਿਊਜ਼ ਐਂਟਰੀ ਵਾਲਾ ਹੈ B1 B2 ਕੈਟਾਗਰੀ ਬਟ ਏਜੰਟ ਨੇ ਕੀ ਕੀਤਾ ਸੀ ਨਾ ਜੀ ਮੈਨੂੰ ਨਾ ਉਹਦੇ ਜਿਹੜੇ ਚ ਜੀ ਐਡਵੋਕੇਟ ਦੱਸਦਾ ਸੀ ਕਿ ਮੈਂ ਐਡਵੋਕੇਟ ਹੈ ਜਾਂ ਦੱਸਦਾ ਸੀ ਕਿ ਮੈਂ ਕੁਝ ਹੋਰ ਬਹੁਤ ਵੱਡੇ ਲੈਵਲ ਦਾ ਮੇਰਾ ਬਿਜ਼ਨਸ ਹੈਗਾ ਜਾਂ ਇਨਕਮ ਬਤਾ ਕੇ ਦੱਸ ਦਿੱਤੀ ਕਾ ਬਹੁਤ ਬਤਾ ਦਿੱਤੀ ਜ ਜਦੋਂ ਮੇ ਕੋਈ ਕੋਈ ਪ੍ਰੂਫ ਨਹੀਂ ਹੈ ਉਹ ਬੱਚੇ ਦਾ ਕੁਝ ਨਹੀਂ ਹੋ ਸਕਦਾ ਇਨਫੋਰਮੇਸ਼ਨ ਮੈਚ ਹੋਣੀ ਬਹੁਤ ਜ਼ਰੂਰੀ ਹੈ ਜੈਨੂਇਨ ਸੀ ਰੱਖੋ ਜੈਨੂਇਨ ਰਹੋ ਔਨੈਸਟ ਤਰੀਕੇ ਨਾਲ ਆਪਣੀ ਪ੍ਰੋਫਾਈਲ ਕਰੋ ਤੁਸੀਂ ਲੈਂਡਮਾਰਕ ਜਾ ਰਹੇ ਹੋ ਕਿਤੇ ਵੀ ਜਾ ਰਹੇ ਹੋ ਕਿਸੇ ਵੀ ਕੰਸਲਟੈਂਟ ਕੋ ਜਾਓ ਕੋਈ ਪ੍ਰੋਬਲਮ ਨਹੀਂ ਹੈ ਮੈਂ ਇੱਥੇ ਇਹ ਕਹਿ ਲੈਣੀ ਬੈਠਾ ਕਿ ਲੈਂਡਮਾਰਕ ਇਮੀਗ੍ਰੇਸ਼ਨ ਚਾਓ ਤੁਸੀਂ ਕਿਸੇ ਵੀ ਕੰਸਲਟੈਂਟ ਕੋਲ ਜਾ ਬਟ ਓਨੈਸਟੀ ਨਾਲ ਆਪਣੀ ਪ੍ਰੋਫਾਈਲ ਨੂੰ ਸ਼ੇਅਰ ਕਰੋ ਔਰ ਉਹੀ ਚੀਜ਼ ਸਾਂਝੀ ਕਰੋ ਐਮਬੈਸੀ ਨਾਲ ਚਾਹੇ ਯੂਐਸਾ ਚਾਹੇ ਕੋਈ ਵੀ ਐਮਬੈਸੀ ਹੈ ਕਿ ਜੋ ਜੈਨੂਇਨ ਹੋਵੇ ਕੱਲ ਐਮਬੈਸੀ ਉਹਦਾ ਐਵਿਡੈਂਸ ਮੰਗਲੇ ਤਾਂ ਤੁਸੀਂ ਦੇ ਪਾਵੋ ਨਹੀਂ ਤਾਂ ਮੁੜ ਕੇ ਤੁਸੀਂ ਉਸ ਕੰਟਰੀ ਦੇ ਵਿੱਚ ਸਦਾ ਲਈ ਕਦੀ ਵੀ ਅਪਲਾਈ ਨਹੀਂ ਕਰ ਸਕਦੇ ਤੁਹਾਨੂੰ ਹੀ ਪ੍ਰੋਬਲਮ ਆਏਗੀ ਕਿਸੇ ਦਾ ਕੁਝ ਨਹੀਂ ਜਾਣਾ ਏਜੰਟ ਨੇ ਆਪਣੇ ਪੈਸੇ ਲੈ ਲੈਣੇ ਔਰ ਤੁਸੀਂ ਇੰਡੀਆ ਦੇ ਇੰਡੀਆ ਚ ਹੀ ਰਹਿ ਜਾਣਾ ਜੀ ਸੋ ਇਹ ਗੱਲਾਂ ਕਾਫੀ ਸੱਚੀਆਂ ਨੇ ਜਿਹੜੀਆਂ ਗੁਰਪ੍ਰੀਤ ਜੀ ਨੇ ਦੱਸਿਆ ਕਿ ਸਾਰੀ ਉਮਰ ਦੇ ਲਈ ਤੁਸੀਂ ਅਪਲਾਈ ਨਹੀਂ ਕਰ ਸਕੋਗੇ ਕਾਫੀ ਬੱਚੇ ਖਾਸ ਕਰਕੇ ਪੰਜਾਬ ਦੇ ਵਿੱਚ ਤਰਸਦੀ ਰਹਿੰਦੀ ਕਿ 11 ਤੋਂ 10000 ਫੀਸ ਤੇ 10-15000 ਉੱਪਰ ਲੱਗਣਗੇ 5-7000 ਕੰਸਲਟੈਂਟਸ ਹੀ ਲੈਣੇ ਨੇ ਵੀ 30000 ਦਾ ਰਿਸਕ ਲੈ ਕੇ ਦੇਖ ਲਈਏ ਯੂਐਸਾ ਅਪਲਾਈ ਕਰਕੇ ਦੇਖ ਲਈਏ 10 ਸਾਲ ਦਾ ਵੀਜ਼ਾ ਪਰ ਜਦੋਂ ਰਿਜੈਕਟ ਹੋ ਜਾਂਦਾ ਕਾਫੀ ਮੁਸ਼ਕਲਾਂ ਹੁੰਦੀਆਂ ਨੇ ਸਟੂਡੈਂਟ ਵੀਜ਼ਾ ਵੀ ਕਈ ਵਾਰ ਅਪਲਾਈ ਨਹੀਂ ਕੀਤਾ ਜਾਂਦਾ ਡਾਕੂਮੈਂਟ ਦਾ ਸਮਾਂ ਬਚਿਆ ਜੀ ਤੁਸੀਂ ਦੱਸਿਆ ਸੀ ਏਆਈ ਕੀ ਇੱਕ ਸਟੂਡੈਂਟ ਜਦੋਂ ਨਾਰਮਲ ਕੰਸਲਟੈਂਟ ਕੋਲ ਅਪਲਾਈ ਕਰ ਰਿਹਾ ਹੈ ਇੱਕ ਸਰਟੀਫਾਈਡ ਕੰਸਲਟੈਂਟ ਕੋਲ ਅਪਲਾਈ ਕਰ ਰਿਹਾ ਹੈ ਕੀ ਫਰਕ ਰਹਿੰਦਾ ਉੱਥੇ ਬਿਲਕੁਲ ਬਹੁਤ ਵੱਡਾ ਫਰਕ ਹੈ ਕੁਲਦੀ ਮੈਂ ਇੱਕ ਉਹ ਕੰਸਲਟੈਂਟ ਹੈ ਜੋ ਉਸ ਚੀਜ਼ ਕਰਨ ਦੇ ਲਈ ਐਲੀਜੀਬਲ ਇਨੀਆ ਪਰ ਉਹ ਕਰ ਰਿਹਾ ਹੈ ਠੀਕ ਹੈ ਇੱਕ ਉਹ ਕੰਸਲਟੈਂਟ ਹੈ ਜਿਹੜਾ ਕਿ ਰਜਿਸਟਰਡ ਹੈ ਪੰਜਾਬ ਗਵਰਨਮੈਂਟ ਤੋਂ ਵੀ ਔਰ ਯੂ ਐਸ ਗਵਰਨਮੈਂਟ ਤੋਂ ਵੀ ਜਿੱਥੇ ਉਹਨੇ ਤੁਹਾਨੂੰ ਭੇਜਣਾ ਜਿੱਥੋਂ ਭੇਜਣਾ ਤੇ ਜਿੱਥੇ ਭੇਜਣਾ ਦੋਨੋਂ ਜਗ੍ਹਾ ਤੋਂ ਹੀ ਰਜਿਸਟਰਡ ਹੈ ਇਹਦਾ ਬਹੁਤ ਵੱਡਾ ਇਫੈਕਟ ਹੈ ਸਾਡੀ ਇਮੀਗ੍ਰੇਸ਼ਨ ਆ ਸਕਸੈਸ ਰੇਟ ਤਾਂ ਹੀ ਬੈਟਰ ਹੈ ਕਿਉਂਕਿ ਅਸੀਂ AIRC ਸਰਟੀਫਾਈਡ ਹੈ ਔਰ ਜਦੋਂ ਸਾਨੂੰ ਇਹ ਸਰਟੀਫਿਕੇਸ਼ਨ ਮਿਲੀ ਸੀ ਪ੍ਰੋਪਰ ਚੈੱਕ ਕਰਨ ਲਈ ਫੋਰਨ ਤੋਂ AIRC ਦੇ ਡੈਲੀਗੇਟ ਆਏ ਸੀ ਉਹਨਾਂ ਨੇ ਸਾਡੀ ਕੁਆਲਿਟੀ ਚੈੱਕ ਕੀਤੀ ਕਿ ਅਸੀਂ ਕਿਸ ਤਰ੍ਹਾਂ ਸਟੂਡੈਂਟ ਲੈਂਦੇ ਪਏ ਔਰ ਨਾਲ ਨਾਲ ਉਹਨਾਂ ਚੈੱਕ ਕੀਤਾ ਕਿ ਅਸੀਂ ਕਾਉਂਸਲ ਕਿੱਦਾਂ ਕਰਦੇ ਹਾਂ ਸਟੂਡੈਂਟ ਨੂੰ ਮਤਲਬ ਅਸੀਂ ਸਮਝਾਉਂਦੇ ਕਿੱਦਾਂ ਸਟੂਡੈਂਟ ਨੂੰ ਉਹ ਸਾਡੇ ਬਿਲਕੁਲ ਨਾਲ ਬੈਠੇ ਸਾਰੇ ਪੈਰਾਮੀਟਰਸ ਚੈੱਕ ਕਰਨ ਤੋਂ ਬਾਅਦ ਹੀ ਇਹ ਆਈਆਰਸੀ ਸਰਟੀਫਿਕੇਸ਼ਨ ਮਿਲੀ ਹੈ ਸਟੂਡੈਂਟ Google ਤੇ ਜਾ ਕੇ ਚੈੱਕ ਕਰ ਸਕਦਾ ਹੈ ਲੈਂਡਮਾਰਕ ਇਮੀਗ੍ਰੇਸ਼ਨ ਦਾ ਨਾਮ شمار ਆ ਉਹਦੇ ਵਿੱਚ ਸੋ ਇਹ ਚੀਜ਼ਾ ਜਦੋਂ ਅਸੀਂ ਕੀਤੀਆਂ ਸਾਡਾ ਵੀ ਕੰਫੀਡੈਂਸ ਲੈਵਲ ਵੱਧ ਗਿਆ ਸਾਡੇ ਕੋਲ ਜਦੋਂ ਆਈਆਰਸੀ ਸਰਟੀਫਿਕੇਸ਼ਨ ਹੋ ਗਈ 150 ਤੋਂ ਜ਼ਿਆਦਾ ਇੰਸਟੀਚਿਊਟ ਗਵਰਨਮੈਂਟ ਇੰਸਟੀਚਿਊਟ ਸਾਡੇ ਨਾਲ ਆਟੋਮੈਟਿਕਲੀ ਜੁੜ ਗਏ ਮਤਲਬ ਸਟੂਡੈਂਟਲੀ ਰੇਂਜ ਵਾਈਡ ਹੋ ਗਈ ਮਤਲਬ ਉਹਦੇ ਕੋਲ ਉਹਨੇ ਕਿਹਾ ਕਿ ਮੈਂ ਇਸ ਲੋਕੇਸ਼ਨ ਤੇ ਜਾਣਾ ਯੈਸ ਵੀ ਹੈਵ ਆਪਸ਼ਨ ਸੁਣਨੇ ਕਹਿੰਦਾ ਮੈਂ ਨਿਊਯਾਰਕ ਜਾਣਾ ਵੀ ਹੈਵ ਆਪਸ਼ਨ ਨਿਊ ਜਰਸੀ ਜਾਣਾ ਵੀ ਹੈਵ ਆਪਸ਼ਨ ਕੈਂਸਸ ਜਾਣਾ ਸਾਡੇ ਕੋਲ ਆਪਸ਼ਨ ਹੈ ਮਤਲਬ ਤੁਸੀਂ ਕਹੋ ਕਿ ਮੈਂ ਕਿਸੇ ਵੀ ਏਰੇ ਜਾਣਾ ਮੇਰੇ ਕੋਲ ਆਪਸ਼ਨ ਕਿਉਂ ਹੈ ਆਫਟਰ ਗੇਟਿੰਗ ਅਈਆਰਸੀ ਸਰਟੀਫਿਕੇਸ਼ਨ ਉਹ ਬਹੁਤ ਸਾਰੇ ਇੰਸਟੀਚਿਊਟ ਸਾਡੇ ਨਾਲ ਜੁੜਨ ਉਤਿਆਰ ਹੋਗੇ ਇਸੇ ਲਈ ਅਸੀਂ ਇਹ ਸਰਟੀਫਿਕੇਸ਼ਨ ਲਈ ਸੀ ਕਿ ਅਸੀਂ ਸਟੂਡੈਂਟ ਨੂੰ ਹਰ ਉਸ ਜਗ੍ਹਾ ਤੱਕ ਪਹੁੰਚਾ ਪਾਈ ਜਿੱਥੇ ਸਟੂਡੈਂਟ ਜਾਣਾ ਚਾਹੁੰਦਾ ਸੋ ਇਹੀ ਫਾਇਦਾ ਹੈ ਕੁਲਦੀਪ ਸਕਸੈਸ ਰੇਟ ਤਾਂ ਇੰਪਰੂਵ ਹੁੰਦਾ ਹੀ ਹੁੰਦਾ ਹੈ 옵ਸ਼ਨਸ ਵੀ ਵੱਧ ਗਈਆਂ ਹਾਂ ਜਿਵੇਂ ਤੁਸੀਂ ਦੱਸਿਆ ਏਆਈ ਆਰਸੀ ਜਦੋਂ ਤੁਹਾਨੂੰ ਸਰਟੀਫਿਕੇਸ਼ਨ ਮਿਲੀ ਕਾਫੀ ਇੰਸਟੀਚੂਟ ਆਟੋਮੈਟਿਕ ਤੁਹਾਡੇ ਨਾਲ ਜੁੜ ਗਏ ਬੱਚਾ ਜਦੋਂ ਇੱਕ ਏਬੀਸੀ ਕੰਸਲਟੈਂਟ ਕੋਲ ਅਪਲਾਈ ਕਰ ਰਿਹਾ ਜਿਹਨਾਂ ਕੋਲ ਸਰਟੀਫਿਕੇਸ਼ਨ ਨਹੀਂ ਪਰ ਉਹ ਸਿੱਧੇ ਫਿਰਟਾਈ ਆਪਣੀ ਕਰ ਸਕਦੇ ਉਹ ਫਿਰ ਕਿਸੇ ਏਆਈ ਆਰਸੀ ਜਾਂ ਲੈਂਡਮਾਰਕ ਦੇ ਕੋਲ ਆਉਣਗੇ ਫਿਰ ਬੱਚੇ ਦੀ ਫਾਈਲ ਅਪਲਾਈ ਹੋਏਗੀ ਇਸ ਤਰ੍ਹਾਂ ਹੋਏਗਾ ਨਹੀਂ ਕੁਲਦੀਪ ਉਹ ਫਿਰ ਉਸ ਇੰਸਟੀਚੂਟ ਕੋਲ ਜਾਣਗੇ ਜਿਹੜਾ 24 ਘੰਟੇ ਜੌਬ ਫਲਟਰ ਰਾਈ 20 ਦਿੰਦਾ ਹੈ ਉਹ ਉਸ ਤਰ੍ਹਾਂ ਬੱਚੇ ਨੂੰ ਮੋਲਡ ਕੀਤਾ ਜਾਏਗਾ ਉਹ ਉਦਾਂ ਦੇ ਇੰਸਟੀਚੂਟ ਨਾਲ ਹੀ ਡੀਲ ਕਰ ਸਕਦੇ ਆ ਜਿਹੜਾ ਸਿਰਫ 24 ਘੰਟਿਆਂ ਚ ਉਹਨੂੰ I20 ਦੇ ਦੇਗਾ ਉਹਨਾਂ ਕੋਲ ਚੰਗੇ ਇੰਸਟੀਚੂਟ ਨਹੀਂ ਹੋਣਗੇ ਜੀ 1 ਮਿੰਟ ਦਾ ਸਮਾਂ ਬਚਿਆ ਜਾਂਦੇ ਜਾਂਦੇ ਕੋਈ ਮੈਸੇਜ ਸੁਨੇਹਾ ਜਿਹੜਾ ਬੱਚਿਆਂ ਨੂੰ ਦੇਣਾ ਚਾਹੋ ਮੈਸੇਜ ਇਹ ਹੀ ਦੇਣਾ ਚਾਹਾਂਗਾ ਕਿ ਜੋ ਵੀ ਤੁਸੀਂ ਕਰਨਾ ਹੈ ਬੜੇ ਧਿਆਨ ਨਾਲ ਪੇਰੈਂਟਸ ਦੀ ਮੇਰੇ ਖਿਆਲ ਨਾਲ ਜ਼ਿੰਦਗੀ ਭਰ ਦੀ ਕਮਾਈ ਲੱਗ ਜਾਂਦੀ ਹੈ ਕਈ ਵਾਰ ਇਸ ਤਰ੍ਹਾਂ ਦੇ ਮੈਂ ਇੱਕ ਕਲਾਇੰਟ ਦੇਖਦਾ ਮੇਰੇ ਕੋਲ ਜਿਹੜੇ ਕਿ ਰਿਟਾਇਰ ਹੁੰਦੇ ਨੇ ਗਵਰਨਮੈਂਟ ਪੋਜੀਸ਼ਨ ਤੋਂ 18-20 ਲੱਖ ਆਇਆ ਹੁੰਦਾ ਕਹਿੰਦੇ ਜੀ ਆ 18-20 ਲੱਖ ਸਾਡਾ ਬੱਚਾ ਬਾਹਰ ਭੇ اسی بچے ਨੂੰ ਬਾਹਰ بھی ਨਾ ਚਾਹਦੇ ਮਤਲਬ ਉਹਨਾਂ ਦੀ ਸਾਰੀ ਉਮਰ ਦੀ ਕਮਾਈ ਲੱਗ ਜਾਣੀ ਹੈ ਮੈਂ ਇੱਕੋ ਹੀ ਗੱਲ ਕਹਾਂਗਾ ਕਿ ਜੋ ਵੀ ਕਰਨਾ ਹੈ ਦੇਖ ਪਰਖ ਕੇ ਆਪਣੇ ਮਾਪੇ ਬਪ ਨੂੰ ਨਾਲ ਲੈ ਕੇ ਚਲੋ ਇਕੱਲੇ ਜਾ ਕੇ ਕਿਤੇ ਵੀ ਅਪਲਾਈ ਨਾ ਕਰਕੇ आओ ਮੈਂ ਦੇਖਦਾ ਸੁੰਡ ਮੇ ਕੋ ਹੰਦਾ ਰਹੁੰਦਾ ਕਈ ਵਾਰੀ ਸਰ ਮੈਂ ਗਿਆ ਸੀ ਉੱਥੇ ਅਪਲਾਈ ਕਰਨ ਇਕੱਲਾ ਹੀ ਮੇਰਾ ਤਾਂ ਪਾਸਪੋਰਟ ਪੁੱਠੇ ਹੀ ਪਿਆ ਹੁਣ ਮੈਂ ਕੀ ਕਰਾਂ ਉਹ ਪਾਸਪੋਰਟ ਨਹੀਂ ਦਿੰਦੇ ਕਹਿੰਦੇ ਜਾਂ 20-3000 ਰੁਪਏ ਦਿਓ ਪਾਸਪੋਰਟ ਤਾ ਦਵਾਂ ਮਤਲਬ ਇਹ ਚੀਜ਼ਾਂ ਤੋਂ ਬਚੋ ਪੇਰੈਂਟਸ ਨੂੰ ਨਾਲ ਲੈ ਕੇ ਜਾਓਗੇ ਤੇ ਉਮਰ ਦਾ ਤਜਰਬਾ ਨਾ ਜਿਹੜਾ ਉਹ ਬਹੁਤ ਜ਼ਿਆਦਾ ਹੁੰਦਾ ਹੈ ਤੋ ਇਸ ਕਰਕੇ ਮੇਰੀ ਇਹ ਗੁਜ਼ਾਰਿਸ਼ ਹੈ ਮੇਰੇ ਆਫਿਸ ਵਿੱਚ ਜਦੋਂ ਆਓ ਆਪਣੇ ਪੇਰੈਂਟਸ ਨਾਲ ਲੈ ਕੇ ओरिजिनल ਡਾਕੂਮੈਂਟ ਨਾਲ ਲੈ ਕੇ ਆਓ ਤਾਂ ਜੋ ਤੁਹਾਡੀ ਅਸੈਸਮੈਂਟ ਚੰਗੇ ਤਰੀਕੇ ਨਾਲ ਹੋ ਸਕੇ ਔਰ ਤੁਹਾਨੂੰ ਸਹੀ ਢੰਗ ਨਾਲ ਕੋਰਸ ਦੀ ਸਿਲੈਕਸ਼ਨ ਕਾਲਜ ਦੀ ਸਿਲੈਕਸ਼ਨ ਔਰ ਏਰੀਆ ਸਿਲੈਕਸ਼ਨ ਕੀਤੀ ਜਾ ਸਕੇ ਜਿਹਦੇ ਕਰਕੇ ਤੁਹਾਡਾ ਜਿਹੜਾ ਤੁਸੀਂ ਬਚਪਨ ਤੋਂ ਸੁਪਨਾ ਦੇਖਦੇ ਆ ਰਹੇ ਹੋ ਉਹ ਸাকার ਹੋ ਸਕੇ ਜੀ ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ ਸ਼ੋਅ ਵਿੱਚ 온ਲੀ ਸਾਰੀ ਜਾਣਕਾਰੀ ਦੇ ਦਿੰਦੇ ਨੇ ਥੈਂਕ ਯੂ ਕੁਲਦੀਪ ਥੈਂਕ ਯੂ ਸਸਸੀਗਲ ਜੀ ਜੀ ਧੰਨਵਾਦ ਸਾਰੇ ਦਰਸ਼ਕਾਂ ਦਾ ਜਿਹੜੇ ਇਸ ਸ਼ੋਅ ਦੇ ਨਾਲ ਲਗਾਤਾਰ ਜੁੜੇ ਰਹਿੰਦੇ ਨੇ ਆਪਣੇ ਸਵਾਲ ਸਾਡੇ ਤੱਕ ਭੇਜਦੇ ਨੇ ਨੰਬਰ ਸਕਰੋਲ ਕੀਤਾ ਜਾ ਰਿਹਾ ਹੈ ਇਸ ਨੰਬਰ ਦੇ ਉੱਤੇ 24 ਘੰਟੇ ਕਿਸੇ ਵੀ ਵੇਲੇ ਤੁਸੀਂ ਕਾਲ ਕਰ ਸਕਦੇ ਹੋ ਆਪਣਾ ਸਵਾਲ ਸਾਂਝਾ ਕਰ ਸਕਦੇ ਹੋ ਸਾਰੀ ਜਾਣਕਾਰੀ ਲੈ ਸਕਦੇ ਹੋ ਡਾਊਟ ਕਨਫਿਊਜ਼ਨ ਜੋ ਵੀ ਤੁਹਾਡੇ ਜ਼ਿਹਨ ਵਿੱਚ ਨੇ ਉਹ ਸਾਰੇ ਦੂਰ ਕੀਤੇ ਜਾ ਸਕਦੇ ਨੇ ਨਾਲ ਡਾਕੂਮੈਂਟਸ ਸਹਿਤ ਪਰਸਨਲੀ ਵਿ ਅਸੈਸਮੈਂਟ ਕਰਾਈ ਜਾ ਸਕਦੀ ਹੈ ਪ੍ਰੋਪਰ ਜਾਣਕਾਰੀ ਲਈ ਜਾ ਸਕਦੀ ਕਿ ਕਿਹੜੇ ਕੋਰਸ ਲਈ ਕਿਹੜੇ ਕਾਲਜ ਲਈ ਤੁਸੀਂ ਐਲੀਜੀਬਲ ਹੋ ਤੇ ਕਿੱਥੇ ਤੁਹਾਨੂੰ ਵੀਜ਼ਾ ਕਿਵੇਂ ਮਿਲੇ ਜਾ ਸਕਦਾ ਹੈ ਸ਼ੋਅ ਨੂੰ ਖਤਮ ਕਰਦੇ ਆ ਆਪਣੇ ਦੋਸਤ ਕੁਲਦੀਪ ਨੇ ਤੋਂ ਆ ਗਿਆ ਧੰਨਵਾਦ ਸਾਸ਼ਿਕਾ